ਪੰਚਾਇਤ ਔਰ ਪਤਵੰਤ ਸੱਜਣ ਤੇ ਬਲਵੰਤ ਸਿੰਘ ਜੀ ਰਾਮੂਵਾਲੀਆ ਔਰ ਹਰਚਰਨ ਸਿੰਘ ਜੀ ਔਰ ਮੰਡੀ ਨਵਦੀਪ ਸਿੰਘ ਔਰ ਸਾਰੇ ਰਲ ਕੇ ਆਪਾਂ ਅੱਜ ਇਹ ਮੇਲੇ ਦੀ ਸ਼ੁਰੂਆਤ ਕਰਨ ਲੱਗੇ ਹਾਂ। ਬਾਪੂ ਕਰਨੈਲ ਸਿੰਘ ਪਾਰਸ, ਬਾਬਾ ਬਾਪੂ ਕਰਨੈਲ ਸਿੰਘ ਜੀ ਪਾਰਸ, ਸਰਪੰਚ ਬੂਟਾ ਸਿੰਘ ਜੀ ਤੇ ਅੰਗਰੇਜ਼ ਸਿੰਘ, ਉਹਨਾਂ ਨੂੰ ਬੇਨਤੀ ਹੈ ਕਿ ਜਲਦੀ ਆ ਜਾਣ ਸਟੇਜ ਦੇ ਲਾਗੇ। ਸਾਰੇ ਯਾਰ ਅੱਗੇ ਆ ਜਾਓ, ਆਪਾਂ ਸੂਬੇਦਾਰ ਸਾਹਿਬ ਚਾਚਾ ਸੰਜੀਤ ਸਾਰੇ ਆ ਜਾਓ ਸ਼ੇਰ ਤੋਂ। ਇੱਕ ਮੈਨੂੰ ਖੁਸ਼ੀ ਆ ਵੀ ਬਾਪੂ ਜੀ ਦੇ ਨਾਨਕਿਆਂ ਤੋਂ ਸਾਡਾ ਟੱਬਰ ਆਇਆ ਵਿਆ ਤੇ ਇਸ ਮਹਾਰਾਜ ਵਾਲੇ ਹੈਲੋ ਬੂਟਾ ਇੱਧਰ ਆ ਜੀ। ਸਰਦਾਰ ਹਰਚਰਨ ਸਿੰਘ ਜੀ ਰੀਬਨ ਕੱਟਣ ਲੱਗੇ ਨੇ। ਬੋਲੇ ਸੋ ਨਿਹਾਲ, ਹਾਂਜੀ ਬਹੁਤ ਬਹੁਤ ਧੰਨਵਾਦ ਜੀ। ਸਾਰਿਆਂ ਵਾਸਤੇ ਹੀ ਹੈ। ਹਾਂਜੀ ਸਾਹਮਣੇ ਦੇਖ ਕੇ ਜੀ, ਕੋਈ ਵੀ ਆ ਜਾਏ ਅੱਗੇ ਆ ਜਾਏ। ਹਾਂਜੀ ਬਹੁਤ ਬਹੁਤ ਧੰਨਵਾਦ ਜੀ। ਹੁਣ ਆਪਾਂ ਸਰਦਾਰ ਬਲਵੰਤ ਸਿੰਘ ਜੀ ਰਾਮੂਵਾਲੀਆ ਜੀ ਦੀ ਆਗਿਆ ਦੇ ਨਾਲ ਮੇਲਾ ਸ਼ੁਰੂ ਕਰਨ ਲੱਗੇ ਹਾਂ। ਪ੍ਰੀਤ ਗਰੁੱਪ ਢੱਡੇ ਨੂੰ ਬੇਨਤੀ ਕਰਦਾ ਕਿ ਉਹ ਜਲਦੀ ਤੋਂ ਜਲਦੀ ਸਟੇਜ ਤੇ ਆ ਜਾਣ, ਔਰ ਜਿਹਨਾਂ ਦੇ ਵਿੱਚ ਜਿਵੇਂ ਮੈਂ ਬਾਪੂ ਜੀ ਦੀ ਗੱਲ ਕਰ ਰਿਹਾ ਸੀ, ਔਰ ਐਸੀ ਸ਼ਖਸੀਅਤ ਕਿ ਜਿਨ੍ਹਾਂ ਨੇ ਜਿਵੇਂ ਆਪਣੀ ਮਾਂ ਬੋਲੀ ਪੰਜਾਬੀ ਦੀ ਐਸੀ ਸੇਵਾ ਕੀਤੀ, ਕਿਉਂਕਿ ਪਰਮਾਤਮਾ ਨੇ ਜਦੋਂ ਮਾਂ ਦਾ ਜਨਮ ਕੀਤਾ ਔਰ ਉਹਨੇ ਆਪਣੇ ਤੋਂ ਬਾਅਦ ਦਰਜਾ ਮਾਂ ਦਾ ਰੱਖਿਆ, ਔਰ ਉਹੀ ਮਾਂ ਬੋਲੀ ਪੰਜਾਬੀ ਦੀ ਸੇਵਾ ਜਿਹੜੀ ਬਾਪੂ ਜੀ ਨੇ ਕੀਤੀ, ਉਹਨਾਂ ਦੇ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਇੱਕ ਸੱਚੇ ਸਬੂਤ ਸਨ ਪੰਜਾਬੀ ਮਾਂ ਬੋਲੀ ਦੇ। ਔਰ ਜਿਨ੍ਹਾਂ ਨੇ ਐਸੇ ਲਫ਼ਜ਼ ਜਿਹੜੇ ਕਿ ਲੋਕਾਂ ਦੇ ਪੰਜਾਬੀ ਦੇ ਐਸੇ ਲਫ਼ਜ਼ ਜਿਹੜੇ ਲੋਕਾਂ ਦੇ ਰੂਬਰੂ ਨਹੀਂ ਹੋਏ ਸੀ, ਉਹਨਾਂ ਨੂੰ ਆਪਣੀ ਕਵੀਸ਼ਰੀ ਦੇ ਵਿੱਚ ਆਪਣੀ ਲਿਖਤ ਦੇ ਵਿੱਚ ਇਹਨਾਂ ਸਾਰੇ ਲੋਕਾਂ ਦੇ ਰੂਬਰੂ ਕੀਤਾ, ਔਰ ਐਸੀਆਂ ਐਸੀਆਂ ਚੀਜ਼ਾਂ ਲਿਖੀਆਂ ਜਿਹੜੀਆਂ ਅੱਜ ਅਮਰ ਹੋ ਚੁੱਕੀਆਂ ਨੇ। ਹਰ ਢਾਡੀ, ਹਰ ਰਾਗੀ, ਹਰ ਕਵੀਸ਼ਰ ਉਹਨਾਂ ਦੇ ਗਾਣੇ ਔਰ ਉਹਨਾਂ ਦੀਆਂ ਲਿਖੀਆਂ ਲਿਖਤਾਂ ਨੂੰ ਗਾ ਕੇ ਆਪਣੇ ਆਪ ਨੂੰ ਸੁਭਾਗਾ ਸਮਝਦਾ। ਕਿਉਂ ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ, ਨਿੱਕੀਆਂ ਜਿੰਦਾ ਚੱਲੀਆਂ ਸਾਕੇ ਕਰਨ ਬੜੇ। ਔਰ ਜਿਹੜੇ ਪਾਸੇ ਨੂੰ ਵੀ ਲਿਖਿਆ, ਚਾਹੇ ਉਹ ਧਾਰਮਿਕ ਹੋਵੇ, ਚਾਹੇ ਸੱਭਿਆਚਾਰ ਹੋਵੇ, ਔਰ ਉਹਦੇ ਲਈ ਉਹਨਾਂ ਨੇ ਇੱਕ ਐਸਾ ਮਾਰਗਦਰਸ਼ਨ ਦੇ ਦਿੱਤਾ। ਹਾਂਜੀ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਕਿ ਇੱਧਰਲੇ ਪਾਸੇ ਆਪਾਂ ਲੇਡੀਜ਼ ਲਈ ਜਗ੍ਹਾ ਰੱਖੀ ਹੈ ਅਤੇ ਤੁਸੀਂ ਪਿਛਲੇ ਪਾਸੇ ਚਿਹਰਾ 'ਤੇ ਆ ਜਾਓ। ਔਰ ਬੱਚਿਆਂ ਤੋਂ ਬਿਨਾਂ ਕੋਈ ਮੇਲਾ ਵੀ ਸਹਾਈ ਨਹੀਂ ਹੁੰਦਾ, ਔਰ ਇਹਨਾਂ ਦੇ ਨਾਲ ਹੀ, ਕਿਉਂਕਿ ਇਹ ਹੀ ਆਉਣ ਵਾਲੀ ਜਨਰੇਸ਼ਨ ਹੈ ਜਿਨ੍ਹਾਂ ਨੇ ਮੇਲਿਆਂ ਦੇ ਵਿੱਚ ਹਿੱਸੇ ਲੈਣੇ ਆ। ਸਾਡੇ ਕੋਲ ਪਹੁੰਚ ਚੁੱਕੇ ਨੇ ਦੇਸ਼ ਰਾਜ ਸ਼ਾਗਲੀ ਜੀ ਔਰ ਪ੍ਰੀਤ ਗਰੁੱਪ ਢੱਡੇ ਔਰ ਪ੍ਰਿੰਸ ਸੁਖਦੇਵ ਗਿੱਲ, ਅਮਰਦੀਪ ਔਰ ਬਹੁਤ ਸਾਰੇ ਕਲਾਕਾਰ ਹੋਰ ਆ ਰਹੇ ਨੇ ਜਿਵੇਂ ਤੁਸੀਂ ਇਸ਼ਤਿਹਾਰ 'ਤੇ ਦੇਖਿਆ ਹੀ ਹੈ। ਜਿਹੜਾ ਇਹ ਸਹਿਯੋਗ ਹੈ ਇਸ ਮੇਲੇ ਦੇ ਵਿੱਚ, ਮੇਰੇ ਕੋਲ ਲਿਸਟ ਆਈ ਹੈ ਕਿ ਗ੍ਰਾਮ ਪੰਚਾਇਤ ਔਰ ਪੁਰਾਣੀ ਪੰਚਾਇਤ, ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਕਲੱਬ, ਬਾਬਾ ਪੂਰਨਦਾਸ ਕਬੱਡੀ ਕਲੱਬ ਅਤੇ ਸਮੂਹ ਸੰਸਥਾਵਾਂ, ਹਾਂਜੀ
गुरुद्वारा कमेटी, गुरुद्वारा प्रबंधक कमेटी, हाँ जी बाबा पूनदास जी, मैं कहता जी कबड्डी क्लब भी ते कमेटी भी, हाँ जी बाबा पूनदास कमेटी भी, और इन सारे दे सहयोग नाल और थोड़े सारे दे सहयोग नाल, क्योंकि जेडे मेले होंगे आए ऑर्गेनाइज कई महीनों की मेहनत होंगी है। हाँ मैं टेंट वाले नूं बेनती करदा कि उस श्रोमणी कविशर करनैल सिंह पारस रामूवालिया यादगारी मेले च पहुंचियां होईयां सारियां शख्सियतां, सारियां हस्तियां, उन्हां नाल प्यार रखण वाले, उन्हां दे रिश्तेदार, दोस्त मित्र, सारे साडे जथे दी ते आपदी हाजरी गुरु चरणां विच लवाओ। आपां शुरुआत करदे हां ते साडे पंजाबियां ते किरपा है अकाल पुरख दी कि असीं कोई भी कम करके परमात्मा का नाँ लेके शुरू करते हैं। वैसे साडा तां रागियां दा, ढाडियां दा, कविशरां दा, प्रचारकां दा काम ही यह हुंदा, इसदा सारा ही रब दा नाँ लैंदे आ, दूजा तां लैंदे ही नहीं। ते ऊं काम यह है भी चलो सारे ही भावें वह आपदी आपदी बुद्धि अनुसार जिहो जिहा भी कोई गाउंदा है जां कोई कम करदा है तां हरेक शुरुआत आपां रब दे नाँ नाल करदे हां। ते आओ सारे जिहड़े आपां पहलां हाजरी लवाईए, रसना पवित्र करो। गुरबाणी दे विच लिखिआ कहिंदे चीज़ां खांदे रहने पीते रहने मूँह के पिछों कुछ सच भी निकलते हैं झूठ भी बोलते हैं, आ जीव जूठी हो जाती है। तो जीव कहते किसी भी चीज़ नाल सुची नहीं होंगी, सिर्फ गुरबाणी कहती है एको चीज़ नाल जीव सुची हो जाती है, नाम लैत गोबिंद का सूची पई रसना। आओ आपकी रसना सूची करो तो साड़ी ढड्डां वाले जथे की हाजिरी लवाओ, बोलण की प्रवानगी दिओ, गज के फतेह बुलाओ, आखो जी वाहिगुरू जी का खालसा वाहिगुरू जी की फतेह। फस्ट इंप्रैशन ही लास्ट इंप्रैशन होंगे। हेलो हाँ जी, मैं एक बेनती करनी है जी, मैं जथा जिहड़ा सपुत्रां दे विचों, बच्चां दे विचों, साडे वर्गे सारे श्रद्धालुआं दे विचों लोकां नूं आ रहीआं ने, लवाओ। कहिंदे डुबदा होया सूरज कहिंदा मैथों बाद रात दा नेरा कौन दूर करूगा, कहिंदे होर नहीं कोई बोलिया, छोटा जिहा दीवा उठिया ते दीवे ने ऐ आख्या ताया तेरे जिन्ना चानण तां नहीं मैथों होना, मेरी एडी कपैसिटी नहीं है, पर जिन्ना कि नेरा मैथों दूर होया मैं दूर करूँगा। आओ समाज दे विच फैले नेरे नूं इस बड़े चिराग की रोशनी के जिन्ना क आप दूर कर सकते हैं आप दूर करिए। सरदार हरचरण सिंह जी रामूवालिया साहब वो सानू बहुत सारा माण भेज के बहुत बहुत धन्यवाद। गमदूर सिंह जी चौके उन्होंने वालों बहुत सारा माण आया, सबका सरपंच साहब गमदूर सिंह जी चौके उन्होंने माण भेजा, धन्यवाद लो। असी थोड़ा जा आपके गले नूं वार्म अप करन वास्ते दो कवित वो आपकी बुद्धि अनुसार बोलते हैं, बाकी सारी पोएट्री पार साहब की बोलेंगे। बेनती है इउं कीती जांदी है, सतनाम श्री वाह दौलत जमीन जे परमदा ना जोर होवे ऐवें विच पिंड दे सदाईए खान खबीना, आवदी जनानी पास हसीए ना होर नाल खेलणे नू बाल दे फड़ाईए फीम डबीना, जाना परदेश दाम दूणे लै जरूर तां तोहाल बौंदे बाबू जी हंडाईए पग छबीना, तेरे दारे आके घट रहे किसे चीज दा ना साब दी तू पूरी करे नीड मेरे दातिया, रख चरना च ध्यान तेरे कावता दी फिट कर लीड मेरे दातिया, मैं मरी बधा दे साडे उजले दिमाग होण पढ़ सुन ज्ञान हो जे भीड़ मेरे दातिया, बोड बन सेवा करे साहिब कविश्री दी रेवती जमेर बीजा सीड मेरे दातिया, रेवती जमेर बीजा सीड मेरे दातिया, रेवती जमेर बीजा सीड मेरे दातिया। Bob.
ਵੀ ਵਜਾਉਂਦੇ ਰਹੋ। ਫਸਟ ਇੰਪਰੈਸ਼ਨ ਇਹਦੀ ਲਾਸਟ ਇੰਪਰੈਸ਼ਨ ਹੁੰਦਾ, ਬਾਕੀ ਸਾਰਾ ਕੁਛ ਹੀ ਵਧੀਆ। ਇੱਕ ਦਾ ਸਾਊਂਡ ਬੜਾ ਵਧੀਆ, ਇੱਕ ਰਾਮੂਵਾਲੀਆ ਸਾਹਿਬ ਤੁਹਾਡਾ ਹੱਥਾਂ ਬੜਾ ਵਧੀਆ ਜਿੱਥੇ ਤੁਸੀਂ ਪਾਰਸ ਸਾਹਿਬ ਦਾ ਮੇਲਾ ਲਾਉਣਾ ਸ਼ੁਰੂ ਕੀਤਾ। ਇੱਕ ਤੁਹਾਡੇ ਇਲਾਕੇ ਦੇ ਲੋਕ ਬਾਹਲੇ ਵਧੀਆ ਹਨ, ਜਿਨ੍ਹਾਂ ਨੂੰ ਸੁਣ ਸੁਣ ਕੇ ਪਾਰਸ ਸਾਹਿਬ ਹੋਰਾਂ ਨੇ ਹਰੇਕ ਦੇ ਖੂਨ ਦੇ ਵਿੱਚ ਸਰੋਤਾਪਣ ਹੋਣ ਦਾ ਗੁਣ ਵਾੜਤਾ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਸਰੋਤੇ ਵੱਡੇ ਨੇ, ਸੁਣਾਉਣ ਵਾਲੇ ਛੋਟੇ ਨੇ। ਸ਼ਬਦ ਤੁਸੀਂ ਰੋਜ਼ ਸੁਣਦੇ ਹੋ ਅਤੇ ਰੋਜ਼ ਪੜ੍ਹਦੇ ਹੋ, ਆਓ ਆਪਾਂ ਉਹਨੂੰ ਰਿਪੀਟ ਕਰੀਏ। ਸੁਣਤੇ ਪੁਨੀਤ ਕਹਿਤੇ ਪਵਿੱਤ, ਸੁਣਨ ਵਾਲੇ ਪੁਨੀਤ ਨ, ਬੋਲਣ ਵਾਲੇ ਪਵਿੱਤਰ ਨ, ਅਤੇ ਪਵਿੱਤਰ ਨਾਲੋਂ ਪੁਨੀਤ ਸ਼ਬਦ ਕਿੱਡਾ ਵੱਡਾ ਹੈ। ਇਹ ਜਦੋਂ ਸੁਖਮਣੀ ਸਾਹਿਬ ਦੀ ਇੱਕ ਲਾਈਨ ਪੜ੍ਹਦੇ ਹਾਂ, ਅਰਥ ਆਪਣੇ ਆਪ ਸਪਸ਼ਟ ਹੋ ਜਾਂਦੇ ਨੇ। ਪਵਿੱਤਰ 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 ਪੁਨੀਤ, ਤਿੰਨ ਵਾਰੀ ਪਵਿੱਤਰ ਪਵਿੱਤਰ ਕਹਿ ਕੇ ਫਿਰ ਸ਼ਬਦ ਪੁਨੀਤ ਆਉਂਦਾ। ਇਸ ਕਰਕੇ ਸੁਣਨ ਵਾਲੇ ਵੱਡੇ ਨੇ, ਸੁਣਾਉਣ ਵਾਲੇ ਤੁਹਾਡੇ ਨਾਲੋਂ ਛੋਟੇ ਨੇ। ਜੇ ਤੁਸੀਂ ਸੁਣਦੇ ਹੋ ਤਾਂ ਆਹ ਮੇਲਿਆਂ ਦੀ ਰੌਣਕ ਬਣਦੀ ਹੈ, ਸੱਭਿਆਚਾਰਕ ਮੇਲਿਆਂ ਦੀ ਰੌਣਕ ਬਣਦੀਆਂ ਨੇ। ਇਕੱਲੀਆਂ ਕੁਰਸੀਆਂ ਨੂੰ ਕਲਾਕਾਰਾਂ ਨੇ ਗਾ ਜਾਣਾ, ਇਹਦੇ ਨਾਲ ਨਹੀਂ। ਕੋਈ ਜੇ ਸੰਗਤ ਹੋਊਗੀ ਫਿਰ ਹੀ ਆਨੰਦ ਆਉਂਦਾ, ਅਤੇ ਸਾਰਾ ਕੁਛ ਹੀ ਬੜਾ ਵਧੀਆ। ਉਹ ਗੱਲ ਹੈ ਵੀ ਫੂਹੇ ਇਕੱਠੇ ਹੋਏ ਬੈਠੇ ਸੀ ਅਤੇ ਤੁਹਾਡੇ ਵਰਗਾ ਕਹਿੰਦਾ, ਠੂਹੋ ਤੁਹਾਡਾ ਲੰਬਰਦਾਰ ਕੌਣ ਹੈ? ਇੱਕ ਠੂਹਾ ਆਦਾ ਜੀ, ਸਾਰੇ ਹੀ ਲੰਬਰਦਾਰ ਆ, ਕਿਸੇ ਦੀ ਪੂਛ ਨੂੰ ਹੱਥ ਲਾ ਦਿਓ, ਛਾਲਾਂ ਚੁਕਾ ਦਿਆਂਗੇ। ਇਸ ਕਰਕੇ ਏਕ ਸੇ ਵੜ ਕਰ ਏਕ ਹੈ ਗੱਲ, ਨਾ ਸਾਊਂਡ ਮਾੜਾ, ਇਹ ਵੀ ਚੜ੍ਹਦੀ ਕਲਾ ਵਾਲਾ ਹੈ। ਟੈਂਟ ਉਦੋਂ ਚੜ੍ਹਦੀ ਕਲਾ, ਥਾਂ ਉਦੋਂ ਚੜ੍ਹਦੀ ਕਲਾ ਵਾਲਾ, ਰਾਮੂਵਾਲੀਆ ਸਾਹਿਬ ਆਪ ਚੜ੍ਹਦੀ ਕਲਾ ਵਾਲੇ, ਇਹਨਾਂ ਦੀ ਕਵਿਤਾ ਚੜ੍ਹਦੀ ਕਲਾ ਵਾਲੀ, ਇਹਨਾਂ ਦੇ ਕਾਰਜ ਚੜ੍ਹਦੀ ਕਲਾ ਵਾਲੇ। ਦੇਹ ਸ਼ਿਵਾ ਬਰਮੋਹ ਇਹ ਹੈ ਸ਼ੁਭ ਕਰਮਨ ਅਤੇ ਕਬਹੂ ਨਾ ਟਰੋ, ਨਾ ਡਰੋ ਅਰਸੋ ਜਬ ਜਾਏ ਲਰੋ, ਨਿਸ਼ਚਾ ਕਰ ਆਪਣੀ ਜੀਤ ਕਰੋ। ਲਓ ਸੁਣੋ ਪਾਰ ਸਾਹਿਬ ਦਾ ਪਹਿਲਾ ਛੰਦ। ਵਾਹ ਜੀ ਵਾਹ, ਗੁਰਨਾਮ ਸਿੰਘ ਜੀ ਘੋੜੀ ਵਾਲੇ ਕਨੇਡਾ ਤੋਂ, ਉਹ ਸਾਡੇ ਜਥੇ ਨੂੰ ਬਹੁਤ ਸਾਰਾ ਮਾਣ ਪਹੁੰਚਾ ਗਏ, ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਸਾਡੇ ਢਾਡੀ ਮਿੱਤਰ ਮੰਡੀ ਕਲਾਂ ਤੋਂ ਭਾਈ ਗੁਰਮੀਤ ਸਿੰਘ ਜੀ ਮੰਡੀ ਕਲਾਂ, ਜਿਹੜੇ ਬਹੁਤ ਵਧੀਆ ਪ੍ਰਚਾਰਕ ਹਨ, ਬਹੁਤ ਵਧੀਆ ਬੁਲਾਰੇ ਨੇ, ਉਹਨਾਂ ਨੇ ਸਾਨੂੰ ਬਹੁਤ ਸਾਰਾ ਮਾਣ ਭੇਜਿਆ, ਅਸੀਂ ਧੰਨਵਾਦੀ ਹਾਂ। ਅਤੇ ਬਾਈ ਨਵਦੀਪ ਸਿੰਘ ਜੀ ਮੰਡੀ ਕਲਾਂ ਦੇ ਹੁਕਮ 'ਤੇ ਅਸੀਂ ਤੁਹਾਡੇ ਦਰਸ਼ਨ ਕੀਤੇ ਨੇ ਸਾਰਿਆਂ ਨੇ। ਅਤੇ ਇੱਧਰ ਜਿਹੜੇ ਤਲਵਿੰਦਰ ਸਿੰਘ ਜੀ ਢਿੱਲੋਂ ਸਾਹਿਬ ਖੜ੍ਹੇ ਨੇ, ਇਹਨਾਂ ਦਾ ਸਾਡਾ ਰੋਮ ਰੋਮ ਰਿਣੀ ਹੈ, ਕਿਉਂਕਿ ਪਿਛਲੇ ਇਸ ਦਸੰਬਰ 'ਚ ਥੋੜ੍ਹੇ ਜਿਹੇ ਮਹੀਨੇ ਹੋ ਗਏ, ਉਦੋਂ ਇਹਨਾਂ ਨੇ ਸਾਨੂੰ ਆਹੀ ਕਵਿਸ਼ਰੀ ਗਾਉਣ ਵਾਸਤੇ ਲੰਡਨ ਦੀ ਧਰਤੀ 'ਤੇ ਬੁਲਾਇਆ, ਇੰਗਲੈਂਡ ਬੁਲਾਇਆ। ਅਤੇ ਚਲੋ ਥੋੜ੍ਹਾ ਜਿਹਾ ਗੱਲ ਇਹ ਹੋ ਗਈ ਵੀ ਸਾਡਾ ਅਣਜਲ ਨਹੀਂ ਸੀ, ਇਸ ਕਰਕੇ ਥੋੜ੍ਹਾ ਜਿਹਾ ਅੱਗਾ ਪਿੱਛਾ ਹੋ ਗਿਆ, ਨਹੀਂ ਇਹਨਾਂ ਨੇ ਤਾਂ ਸਾਡੇ 'ਤੇ ਪੂਰੀ ਕਿਰਪਾ ਕਰੀ ਸੀ। ਆਪਦੇ ਪਿੰਡ ਵੀ ਸਾਡੀ ਪਰਫੋਰਮੈਂਸ ਲੋਕਾਂ ਨੂੰ ਦਿਖਾਈ, ਬੜਾ ਵੱਡਾ ਮੇਲਾ ਲਾਇਆ ਇਹਨਾਂ ਨੇ, ਇਹੀ ਪਾਰਸ ਸਾਹਿਬ ਦੀ ਯਾਦ 'ਚ ਮੇਲਾ ਲਾਇਆ। ਇੱਕ ਨਾਲ ਹੋਰ ਸ਼ਖਸੀਅਤ ਸੀ ਇਹਨਾਂ ਦੇ, ਮਾਸਟਰ ਜਰਨੈਲ ਸਿੰਘ ਜੀ, ਉਹਨਾਂ ਦੀ ਯਾਦ 'ਚ ਅਤੇ ਪਾਰਸ ਸਾਹਿਬ ਦੀ ਯਾਦ 'ਚ, ਅਤੇ ਪਾਰਸ ਸਾਹਿਬ ਦੀ ਯਾਦ 'ਤੇ ਸ਼ਿਵ ਕੁਮਾਰ ਬਟਾਲਵੀ ਦੀ ਯਾਦ 'ਤੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਯਾਦ 'ਚ ਇੱਕ ਮੇਲਾ ਲੰਡਨ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ। ਅਤੇ ਸਾਡੇ ਜਥੇ ਨੂੰ ਵੀ ਬੜਾ ਢਿੱਲੋਂ ਸਾਹਿਬ ਹੋਰਾਂ ਨੇ ਪਿਆਰ ਭਰਿਆ ਸੱਦਾ ਦਿੱਤਾ ਸੀ, ਸਾਡਾ ਅਣਜਲ ਨਹੀਂ ਸੀ, ਅਸੀਂ ਜਾ ਨਹੀਂ ਸਕੇ। ਚਲੋ ਕੋਈ ਨਹੀਂ, ਹੁਣ ਆਪਾਂ ਅਜੇ ਜਾਇਆ ਕਰਾਂਗੇ, ਜਦੋਂ ਕੋਈ ਫਿਰ ਸੱਦਾ ਮਿਲੂਗਾ ਫਿਰ ਦਰਸ਼ਨ ਕਰਾਂਗੇ। ਗੱਲ ਉਹ ਆ ਗਈ, ਹਾਂਜੀ ਹਾਂ, ਮਿਹਰਬਾਨੀ ਜੀ, ਅਗਲੇ ਮੇਲੇ 'ਤੇ ਜ਼ਰੂਰ ਪਹੁੰਚਾਂਗੇ ਅਸੀਂ, ਉਸ ਚੀਜ਼ ਦੀ ਮਾਫੀ ਚਾਹੁੰਦੇ ਹਾਂ ਵੀ ਤੁਹਾਡੇ ਵੱਲੋਂ ਕੋਈ ਘਾਟ ਨਹੀਂ ਸੀ, ਸਾਥੋਂ ਰਹਿ ਗਈ ਘਾਟ। ਬਾਕੀ ਅਣਜਲ ਦੀ ਖੇਡ ਹੈ, ਉਹ ਜਿਵੇਂ ਦੇ ਵੀ ਕੋਈ ਮੁੰਡਾ ਕਿਸੇ ਨਾਲ ਰਲਿਆ ਸੀ ਸੀਰੀ, ਉਹ ਕੰਮ ਨੂੰ ਤਾਂ ਸੀ ਦੋ ਵਰਗਾ, ਅਤੇ ਗੱਲਾਂ ਬਾਤਾਂ ਥੋੜ੍ਹੀਆਂ ਜਿਹੀਆਂ ਆਪਣੇ ਵਾਂਗੂ ਹੀ ਕਰਦਾ ਹੁੰਦਾ ਸੀ। ਉਹ ਬੇਬੇ ਆਦੀ ਕਿ ਭਾਈ ਤੈਨੂੰ ਬੋਲਣ ਦਾ ਘੱਟ ਹਿਸਾਬ ਹੈ, ਥੋੜ੍ਹੀ ਜਿਹੀ ਨਹਿਬਿਆ ਬੋਲਣ ਦੀ ਗੱਲ ਸਿੱਖ। ਆਹਦਾ ਬੇਬੇ ਚੱਲ ਮੇਰੇ ਪਿਓ ਨੂੰ ਵੀ ਘੱਟ ਹਿਸਾਬ ਸੀ, ਮੈਨੂੰ ਵੀ ਘੱਟ ਹਿਸਾਬ ਹੈ, ਉਹ ਆਹਦੀ ਚੱਲ ਉਹ ਜਣੇ ਬੋਲਣ ਬਾਲਣ ਵਾਲਾ ਸੀ, ਵੋਟ ਲਾਂਗੇ ਸਾਡੇ ਨਾਲ ਲਾਵੇਂਗਾ 5-4 ਸਾਲਾਂ ਦਾ, ਇਹ ਪੱਕੀ ਗੱਲ ਹੈ। 5-4 ਕੀ, ਹਾਂ ਮੈਂ 10 ਸਾਲ ਲਾਊਂਗਾ ਤੁਹਾਡੇ ਨਾਲ। ਜਥੇਦਾਰ ਗੁਰਮੀਤ ਸਿੰਘ ਜੀ ਚੌਕੇ ਬਹੁਤ ਵੱਡੀ ਹਸਤੀ ਹੈ ਸਾਡੇ ਇਲਾਕੇ ਦੀ, ਅਤੇ ਬੜੇ ਪੂਜਣਯੋਗ ਹਨ, ਅਤੇ ਪਾਰਸ ਸਾਹਿਬ ਦੀ ਕਵਿਤਾ ਜਿੰਨੀ ਇਹਨਾਂ ਦੀ ਯਾਦ ਹੈ, ਇਹ ਪੁਰਾਣੇ ਇੰਜਣ ਇਹਨਾਂ ਦੀ ਐਵਰੇਜ ਵਾਲੀ ਵੱਧ ਹੈ, ਸਾਡੇ ਨਹੀਂ ਉਨੀ ਯਾਦ ਹੈ। ਹਾਂ ਬਈ ਬੇਨਤੀ ਹੈ ਆ ਪਿਆਰੇ ਬੱਚਿਓ ਅਤੇ ਸੰਗਤੇ ਵੀ ਇੱਧਰਲੀਆਂ ਕੁਰਸੀਆਂ ਨਾ ਬੀਬੀਆਂ ਵਾਸਤੇ ਨਾ, ਹਾਂ ਮੱਲੜੀ ਸਾਹਿਬ ਤੋਂ ਦੋ ਤਿੰਨ ਲੈਣਾ ਪਿੱਛੇ ਹੋ ਕੇ ਤੁਸੀਂ ਬੈਠ ਸਕਦੇ ਹੋ। ਹਾਂ ਮਿਹਰਬਾਨੀ, ਅਤੇ ਸ਼ਾਬਾਸ਼ੇ, ਹਾਂ ਠੀਕ ਹੈ, ਲਓ ਆਓ ਤੁਹਾਡੇ ਚਰਨਾਂ 'ਤੇ ਅਸੀਂ ਪਹਿਲਾ ਛੰਦ ਪੇਸ਼ ਕਰਦੇ ਹਾਂ। ਪਾਰ ਸਾਹਿਬ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉਹੀ ਛੰਦ ਸੁਣੋ ਵੀ ਹੋਵੇ ਹੇ ਪ੍ਰਮਾਤਮਾ ਦੁਸ਼ਮਣ ਦਾ ਵੀ ਭਲਾ, ਟਲੇ ਗਵਾਂਢੀ ਤੋਂ ਸਦਾ ਕੋਹਾਂ ਦੂਰ ਬਲਾ, ਰੱਖੀ ਮਰਦਿਆਂ ਤੱਕ ਤੂੰ ਸਭ ਦੀ ਉਜਲੀ ਪੱਤ, ਆਹਾ ਤੇਰੇ ਭਾਣੇ ਦਾਤਿਆ ਸੁਖੀ ਵਸੇ ਸਰਬੱਤ ਮੇਰੇ ਸਾਥੀ ਜਗਸੀਰ ਢੱਡੇ ਅਤੇ ਬਲਕੰਦ ਢੱਡੇ ਤੁਹਾਡੇ ਚਰਨਾਂ ਦੇ ਵਿੱਚ ਇਹ ਕਵਿਤਾ ਰੱਖ ਲਿਆ। ਸੁਣੋ ਪਿਆਰ ਨਾਲ ਬੇਨਤੀ ਹੈ, ਇਉਂ ਕੀਤੀ ਜਾ ਰਹੀ ਹੈ, ਹੋਏ ਹੋਵੇ
ਪਰਮਾਤਮਾ ਦੁਸ਼ਮਣ ਦਾ ਵੀ ਭਲਾ ਟਲੇ ਗੁਆਂਢੀ ਤੋਂ ਸਦਾ ਕੋਹਾਂ ਦੂਰ ਬਲਾ ਓ ਰੱਖੀ ਮਰਦਿਆਂ ਤੱਕ ਤੂੰ ਓ ਰੱਖੀ ਮਰਦਿਆਂ ਤੱਕ ਤੂੰ ਸਭ ਦੀ ਉਜਲੀ ਪਾਤਾ ਤੇਰੇ ਪਾਣੀ ਦਾਤਿਆ ਸੁਖੀ ਬਸੇ ਸਰਬੱਤ ਮਾਲਕਾ ਸੁਖੀ ਬਸੇ ਸਰਬੱਤ ਓ ਗਿਆਨੀ ਪੰਡਤ ਮੌਲਵੀ ਉੱਗਲ ਫਿਰ ਕੂ ਭਿੱਖ ਆਪਸ ਵਿੱਚ ਲੜਾਉਣ ਨਾ ਹਿੰਦੂ ਮੁਸਲਿਮ ਸਿੱਖ ਓ ਸਨ ਸਨ ਤਾਲੀ ਵਾਂਗਣਾ ਸਨ ਸਨ ਤਾਲੀ ਵਾਂਗਣਾ ਚੁੱਕਣ ਚੰਦਰੀ ਆਤਾ ਤੇਰੇ ਪਾਣੇ ਦਾਤਿਆ ਸੁਖੀ ਬਸੇ ਸਰਬੱਤ ਮਾਲਕਾ ਸੁਖੀ ਬਸੇ ਸਰਬੱਤ ਓ ਸਾਮਰਾਜ ਹੈ ਹਲਕਿਆ ਪੀ ਬੰਬਾਂ ਦੀ ਭੰਗ ਸੀਸਾਂ ਤੇ ਮੰਡਲਾ ਸਾਡੇ ਇਹਨਾਂ ਸ਼ਬਦਾਂ ਦਾ ਸਤਿਕਾਰ ਕਰਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਕੇਂਦਰੀ ਮੰਤਰੀ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਜੀ ਰਾਮੂਵਾਲੀਆ ਸਾਹਿਬ 100 ਰੁਪਏ ਆਪਣੇ ਬੱਚਿਆਂ ਨੂੰ ਆਸ਼ੀਰਵਾਦ ਭੇਜ ਦੇਣ ਬਹੁਤ ਬਹੁਤ ਧੰਨਵਾਦ ਤਰਲੋਚਨ ਬਰਾੜ ਜੀ ਉਹਨਾਂ ਵੱਲੋਂ 100 ਰੁਪਇਆ ਮਾਨ ਕੀਤਾ ਗਿਆ ਥੈਂਕ ਯੂ ਵੈਰੀ ਮੱਚ ਜਗਜੀਤ ਸਿੰਘ ਜੀ ਅੱਛਾ ਅੱਛਾ ਜਗਜੀਤ ਸਿੰਘ ਜੀ ਮਹਾਰਾਜ ਅਗਲਾ ਛੰਦ ਤੁਹਾਡੇ ਚਰਨਾਂ 'ਚ ਪੇਸ਼ ਕਰਦੇ ਹਾਂ ਕੋਈ ਨਹੀਂ ਇਹ ਪਰਮਾਤਮਾ ਥੋੜ੍ਹਾ ਜਿਹਾ ਨਾ ਇਹ ਜੇ ਆਪਾਂ ਨੂੰ ਲੱਗਦਾ ਜਿਵੇਂ ਢਿੱਲੋਂ ਸਾਹਿਬ ਹੋਰਾਂ ਨੇ ਬੇਨਤੀ ਕਰੀ ਸੀ ਵੀ ਇੰਦਰ ਦੇਵਤੇ ਨੂੰ ਬੇਨਤੀ ਆ ਕੋਈ ਗੱਲ ਨਹੀਂ ਮਿਹਰ ਰੱਖੂਗਾ ਇਹੋ ਜਿਹੇ ਜੱਗਾਂ 'ਤੇ ਇੱਕ ਪ੍ਰਵਾਨਗੀ ਹੁੰਦੀ ਆ ਦੋ ਛਿੱਟੇ ਪਾ ਕੇ ਅਤੇ ਉਹ ਉਵੇਂ ਜਿਵੇਂ ਚੜ੍ਹਦੀ ਕਲਾ 'ਚ ਮੇਲਾ ਚੱਲੂਗਾ ਅਤੇ ਸਾਰੇ ਜਣੇ ਆਪਾਂ ਭਰੋਸਾ ਰੱਖਣਾ ਆਹੋ ਗੱਲ ਕਰ ਰਹੇ ਸੀ ਵੀ ਇਹ ਚੰਗੀਆਂ ਗੱਲਾਂ ਨਾ ਜਿਹੜੀਆਂ ਅੱਜ ਆਪਾਂ ਕਰਨ ਵਾਸਤੇ ਇਕੱਠੇ ਹੋਏ ਹਾਂ ਤੁਸੀਂ ਸੁਣਨ ਵਾਸਤੇ ਇਕੱਠੇ ਹੋਏ ਹੋ ਪਾਰਸ ਸਾਹਿਬ ਨੇ ਲਿਖੀਆਂ ਨਾ ਪਰ ਕਲਯੁੱਗ ਦਾ ਸਮਾਂ ਕਹਿੰਦੇ ਨਾ ਚੰਗੀਆਂ ਗੱਲਾਂ ਸੁਣੀਆਂ ਜਾਣ ਅਤੇ ਕਰੀਆਂ ਤਾਂ ਬਿਲਕੁਲ ਹੀ ਨਹੀਂ ਜਾਂਦੀਆਂ ਕਰੀਆਂ ਜਾ ਸਕਦੀਆਂ ਸੁਣਨੀਆਂ ਵਾਲੀਆਂ ਔਖੀਆਂ ਨੇ ਆਦੇ ਇੱਕ ਵਾਰੀ ਕਿਸੇ ਦੀ ਮਾਈ ਸੀ ਉਹ ਵੱਡੀ ਉਮਰ ਦੀ ਹੋ ਕੇ ਗੁਜ਼ਰੀ ਪਰ ਕਦੇ ਵੀ ਉਹਨੇ ਰੱਬ ਦਾ ਨਾਂ ਨਹੀਂ ਸੀ ਲਿਆ ਜਦੋਂ ਅਖੀਰ 'ਤੇ ਜਾਣ ਲੱਗੀ ਨਾ ਅਤੇ ਹੋ ਗਈ ਸੀ ਇੱਕ ਸੌ ਦੋ ਸਾਲਾਂ ਦੀ ਮੁੰਡਿਆਂ ਦੇ ਬੇਬੇ ਵਾਹਿਗੁਰੂ ਕਰ ਬੁੜੀ ਨੇ ਹੱਥ ਮਾਰਤਾ ਕਹਿੰਦੀ ਕਿਉਂ ਤਪਾਉਂਦੇ ਹੋ ਜਦੋਂ ਸਾਰੀ ਉਮਰ ਨਹੀਂ ਮੈਂ ਪੁੱਤੇ ਦਾ ਨਾਂ ਲਿਆ ਹੁਣ 2 ਮਿੰਟਾਂ ਨਾਲ ਕੀ ਹੋਜੂ ਉਹ ਆਦੇ ਨਹੀਂ ਵਾਹਿਗੁਰੂ ਤਾਂ ਰਾਮ ਰਾਮ ਕਹਿ ਅੱਲਾ ਉੱਲਾ ਕੁਸਤਾ ਕਹਿ
ਉਹ ਬੇਬੇ ਨੇ ਹੱਥ ਮਾਰਤਾ, ਕਹਿੰਦੀ ਮੈਨੂੰ ਤਪਾਓ ਨਾ ਪੁੱਤ, ਮੈਨੂੰ ਬਸ ਠੀਕ ਹੈ, ਕੋਈ ਨਹੀਂ ਹੁਣ ਨਹੀਂ ਮੈਂ ਦੋ ਮਿੰਟਾਂ ਨਾਲ ਕੁਛ ਹੋ ਸਕਦਾ, ਰੱਬ ਦਾ ਨਾਂ ਨਹੀਂ ਮੈਂ ਲੈ ਸਕਦੀ ਅਤੇ ਕੋਈ ਨਹੀਂ। ਉਹ ਇੱਕ ਬੁੜਾ ਖੜਾ ਸੀ ਵਿੱਚ, ਉਹ ਆਹਦਾ ਦੇਖੋ ਮੁੰਡੇ, ਉਹ ਰੱਬ ਦਾ ਨਾਂ ਉਹ ਬੰਦਾ ਲੈਂਦਾ ਜਿਹੜੇ ਨੇ ਕੋਈ ਜਵਾਨੀ 'ਚ ਰੱਬ ਦਾ ਨਾਂ ਲਿਆ ਹੋਵੇ, ਜਾਂ ਕਦੇ ਗੁਰਦੁਆਰੇ ਡੇਰੇ ਗਿਆ ਹੋਵੇ, ਜਾਂ ਕੋਈ ਕਵੀਸ਼ਰ ਢਾਡੀ ਰਾਗੀ ਸੁਣੇ ਹੋਣ, ਗੁਰੂ ਦੀਆਂ ਗੱਲਾਂ ਸੁਣੀਆਂ ਹੋਣ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਇਹਨੇ ਸਾਰੀ ਉਮਰ ਜਦੋਂ ਰੱਬ ਦਾ ਨਾਂ ਨਹੀਂ ਲਿਆ, ਹੁਣ ਨਹੀਂ ਇਹ ਰੱਬ ਦਾ ਨਾਂ, ਜੀ ਦਬਾਉਣਾ ਰੱਬ ਦਾ ਨਾਂ ਤਾਂ ਤੁਸੀਂ ਨਹੀਂ ਦਬਾ ਸਕਦੇ, ਮੈਂ ਦਬਾ ਸਕਦਾ ਇੱਕ ਜੁਗਤ ਨਾਲ। ਉਹ ਮੁੰਡੇ ਦੇ ਬੁੜੇ ਦੇ ਮੂੰਹ ਨਹੀਂ ਝਾਕਣ ਲੱਗ ਗਏ, ਮੁੰਡੇ ਕਹਿੰਦੇ ਵੀ ਤੂੰ ਕਿਵੇਂ ਦਬਾਵੇਂਗਾ, ਕਹਿੰਦਾ ਐਂ ਕਰੋ ਇਹਦੇ ਪੋਤ ਜਮਾਈ ਨੂੰ ਲਿਆਓ, ਇੱਧਰ ਬਰਨਾਲੇ ਬੰਨੀ ਇਹਦੀ ਪੋਤੀ ਵਿਆਹੀ ਹੈ, ਉਹ ਪ੍ਰਾਹੁਣੇ ਨੂੰ ਲਿਆਓ। ਕਹਿੰਦੇ ਪ੍ਰਾਹੁਣਾ ਕੀ ਕਰੂਗਾ, ਕਹਿੰਦਾ ਪ੍ਰਾਹੁਣੇ ਦਾ ਨਾਂ ਹੈ ਸਤਨਾਮ, ਆਪਾਂ ਇਹਦੇ ਸਾਹਮਣੇ ਖੜਾ ਦਿਆਂਗੇ ਬੁੜੀ ਦੇ ਲਿਆ ਕੇ ਵੀ ਬੇਬੇ ਆਹ ਕੌਣ ਹੈ, ਇਹ ਆਖੂ ਸਤਨਾਮ, ਸਤਨਾਮ ਐਂ ਚੀਜ਼ ਸਤਵਾਰੀ, ਸਤਨਾਮ ਖਾ ਦਿਆਂਗੇ, ਹੋਰ ਵਾਹਿਗੁਰੂ ਤਾਂ ਇਹ ਅੜ ਗਈ ਹੁਣ ਕਹਿੰਦੀ ਨਹੀਂ ਹੈ। ਮੁੰਡਿਆਂ ਦੇ ਗੱਲ ਜੱਜ ਗਈ ਵੀ ਹੈ ਤਾਂ ਬੁੜਾ ਕੰਮ ਦਾ, ਉਹਨਾਂ ਨੇ ਚੱਕਤੀ ਟਾਟਾ ਸਮੋ ਨਾਲ ਦੀ ਨਾਲ, ਅਜੇ ਸਤਨਾਮ ਸਿਓ ਮੂਕਾ ਜਿਹਾ ਬੰਨੀ, ਤਿਆਰ ਨਾ ਬਿਆਰ ਨਾ ਚਾਹ ਨਾ ਪਾਣੀ ਤੂੰ ਹੀ ਫਿਰੇ, ਸਤਨਾਮ ਸਿਆਂ ਬੈਠੀ ਜੀਪ 'ਚ। ਕਹਿੰਦਾ ਕੀ ਭਾਣਾ ਬਣ ਗਿਆ, ਕਹਿੰਦੇ ਭਾਣਾ ਤਾਂ ਹਜੇ ਬਣੂੰਗਾ, ਬੇਬੇ ਗੁਜ਼ਰਦੀ ਹੈ। ਉਹ ਆਹਦਾ ਫਿਰ ਮੈਂ ਤਾਂ ਪਤੰਦਰੋਂ ਡਾਕਟਰ ਵੀ ਨਹੀਂ ਵੀ ਕੋਈ ਗੋਲੀ ਦੇ ਦੂੰ ਜਾਂ ਟੀਕਾ ਲਾ ਦੂੰ, ਨਾਲੇ ਉਹ ਤੋਂ ਰੱਖ ਕੇ ਕੀ ਗਾਹ ਹੋਣਾ, 102 ਸਾਲ ਦੀ ਹੋ ਗਈ ਜਾਣ ਦਿਓ। ਉਹ ਆਹਦੇ ਯਾਰ ਬਹਿ ਜਾ ਤੂੰ ਗੱਲਾਂ 'ਚ ਨਾ ਟਾਈਮ ਗਾਲ ਦੀ, ਤੇਰੇ ਜਾਂਦੇ ਨੂੰ ਗੱਲ ਨਾ ਵਾਪਰ ਜੇ। ਪ੍ਰਾਹੁਣਾ ਲਿਆਂਦਾ, 5 ਮਿੰਟ ਰਹਿੰਦੇ ਸੀ ਬੇਬੇ ਦੇ 10ਵੇਂ ਦੁਆਰ ਪਹੁੰਚਣ 'ਚ, ਕੁੜੀਆਂ ਬੁੜੀਆਂ ਇਕੱਠੀਆਂ ਹੋਈਆਂ ਖੜੀਆਂ, ਲਿਆ ਕੇ ਸਾਹਮਣੇ ਖੜਾ ਲਿਆ ਪ੍ਰਾਹੁਣਾ। ਅੱਗੇ ਬੇਬੇ ਸਿਆਣਨੀ ਹੈ, ਬੁੜੀ ਕਹਿੰਦੀ ਹਾਂ ਸਿਆਣਨੀ ਆ। ਅੱਗੇ ਕੌਣ ਹੈ, ਤੁਹਾਡੇ ਵਰਗਿਆਂ ਨੇ ਕੰਨ ਚੱਕ ਲਏ ਵੀ ਹੁਣ ਆਖੂਗੀ, ਸਤਨਾਮ ਸਿਉਂ ਹੈ, ਚੱਲ ਪ੍ਰਾਹੁਣੇ ਦਾ ਕਰਕੇ ਸਿਉਂ ਕਹਿ ਦੂੰ ਮਾੜਾ ਜਾ। ਅੱਗੇ ਬੇਬੇ ਕੌਣ ਹੈ, ਬੁੜੀ ਕਹਿੰਦੀ ਭੁੰਡੋ ਦਾ ਪ੍ਰਾਹੁਣਾ ਹੈ। ਉਹ ਆਹਦੇ ਦਾ ਨਾਂ ਕੀ ਹੈ, ਕਹਿੰਦੀ ਨਾਂ ਨਹੀਂ ਮੈਨੂੰ ਪਤਾ, ਹੈ ਭੁੰਡੋ ਦਾ ਪ੍ਰਾਹੁਣਾ, ਮੈਂ ਸਿਆਣ ਲਿਆ। 25 ਵਾਰੀ ਆਖਿਆ, ਸਾਰਿਆਂ ਨੇ ਪੁੱਛਿਆ, ਨੂੰਹਾਂ ਨੇ ਪੁੱਛਿਆ, ਕੁੜੀਆਂ ਨੇ, ਬੁੜੀਆਂ ਨੇ, ਵੀ ਕੌਣ ਹੈ ਇਹ, ਇੱਕ ਵਾਰੀ ਵੀ ਨਹੀਂ ਸਤਨਾਮ ਨਿਕਲਿਆ, ਭੁੰਡੋ ਦਾ ਪ੍ਰਾਹੁਣਾ, ਭੁੰਡੋ ਦਾ ਪ੍ਰਾਹੁਣਾ। ਕਹਿੰਦੀ ਦੀ ਜਾਨ ਨਿਕਲ ਗਈ, ਹੁਣ ਸੁਣਿਓ ਗੁਰਬਾਣੀ ਦੀ ਤੁੱਕ ਵੀ ਰੱਬ ਦਾ ਨਾਂ ਕਿਉਂ ਨਹੀਂ ਨਿਕਲਦਾ। ਹਾ ਹਾ ਹਾ, ਬਾਬਾ ਫਰੀਦ ਸਾਹਿਬ ਕਹਿੰਦੇ ਨਾ, ਫਰੀਦਾ ਕਾਲੀ ਜਿੰਨੀ ਨਾ ਰਾਵਿਆ, ਤੌਲੀ ਰਾਵੈ ਕੋਏ ਕਰ ਸਾਈ ਸਿਉਂ ਪਿਰਹੜੀ, ਰੰਗ ਨਵੇਲਾ ਹੋਏ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਰੀਦਾ ਕਾਲੀ ਜਿੰਨੀ ਨਾ ਰਾਵਿਆ, ਉਹ ਜਿਹਨੇ ਕਾਲੇ ਵਾਲਾਂ ਦੇ ਹੁੰਦਿਆਂ ਤੋਂ ਚੰਗੀਆਂ ਗੱਲਾਂ ਕਰਨ ਦੀ ਅਤੇ ਸੁਣਨ ਦੀ ਆਦਤ ਨਹੀਂ ਪਾਈ, ਉਹਨਾਂ ਦੇ ਚਿੱਟੀ ਦਾੜੀ ਹੋਇਆਂ ਤੋਂ ਵੀ ਚੰਗੀਆਂ ਗੱਲਾਂ ਦਿਮਾਗ 'ਚ ਨਹੀਂ ਆਉਂਦੀਆਂ। ਫਰੀਦਾ ਕਾਲੀ ਜਿੰਨੀ ਨਾ ਰਾਵਿਆ, ਧੌਲੀ ਰਾਵੈ ਕੋਏ ਕਰ ਸਾਈ ਸਿਓ ਪਿਰਹੜੀ। ਆਹ ਪਿਰਹੜੀ ਹੁੰਦੀ ਹੈ ਦੋਸਤੀ, ਰੰਗ ਨਵੇਲਾ ਹੋਏ, ਤੇਰਾ ਰੰਗ ਨਵੇਕਲਾ ਹੋ ਜੇ ਪਾਰਸ ਸਾਹਿਬ ਵਾਂਗੂ, ਦੁਨੀਆਂ 'ਚ ਵੱਖਰੀ ਪਛਾਣ ਬਣ ਜੇ। ਲਓ ਸੁਣੋ ਪਿਆਰ ਨਾਲ ਅਗਲੀ ਕਵਿਤਾ ਤੁਹਾਡੇ ਚਰਨਾਂ 'ਚ ਰੱਖ ਰਹੇ ਹਾਂ, ਅਤੇ ਕਬੀਰ ਸਾਹਿਬ ਆਪਦੀ ਬਾਣੀ 'ਚ ਕਹਿੰਦੇ ਨਾ, ਆਹ ਦੇਖੋ ਫੁੱਲਾਂ ਦੇ ਹਾਰ ਪੈ ਰਹੇ ਨਾ, ਗੁਰਦਾਸ ਮਾਨ ਨੇ 4 ਲੈਣਾਂ ਲਿਖੀਆਂ ਨੇ। ਕਹਿੰਦਾ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਪਲ ਪਲ ਚੇਤੇ ਆਉਂਦੇ ਨੇ, ਖੁਸ਼ੀ ਗਮੀ ਦੇ ਮੌਕੇ 'ਤੇ ਯਾਦਾਂ ਦਾ ਹਿੱਸਾ ਪਾਉਂਦੇ ਨੇ, ਉਹ ਕਈ ਜਿਉਂਦੇ ਹੀ ਮਰਿਆਂ ਵਰਗੇ ਨੇ, ਕਈ ਮਰੇ ਹੋਏ ਵੀ ਜਿਉਂਦੇ ਨੇ, ਮਾਨਾ ਮਰ ਜਾਣਿਆ ਮਾਨਾ, ਉਹ ਇਹ ਖੇਡ ਹੈ ਸਾਰੀ ਕਰਮਾਂ ਦੀ। ਕਈ ਲੋਕ ਬੂਟੇ ਪੱਟਦੇ ਨੇ, ਕਈ ਲੋਕ ਬੂਟੇ ਲਾਉਂਦੇ ਨੇ, ਇੱਕ ਤਾੜੀ ਮਾਰੋ ਪਾਰ ਸਾਹਿਬ ਦੇ ਨਾਂ 'ਤੇ। ਇਹਨਾਂ ਦੇ ਲਾਏ ਹੋਏ ਲੱਖਾਂ ਬੂਟੇ ਸਮਾਜ ਨੂੰ ਛਾਂ ਦੇ ਰਹੇ ਨੇ, ਸਮਾਜ ਨੂੰ ਫਲ ਦੇ ਰਹੇ ਨੇ, ਅਤੇ ਸਮਾਜ ਨੂੰ ਸੁਗੰਧੀ ਦੇ ਰਹੇ ਨੇ। ਸਤਿ ਸ਼੍ਰੀ ਅਕਾਲ। ਬਾਬਾ ਕਬੀਰ ਸਾਹਿਬ ਨੇ ਆਪਦੀ ਬਾਣੀ ਦੇ ਵਿੱਚ ਗੱਲ ਲਿਖੀ ਹੈ, ਕਹਿੰਦੇ ਚੰਦਨ ਦਾ ਬੂਟਾ ਹੁੰਦਾ ਨਾ ਜਿਹੜਾ, ਉਹਦੇ ਨੇੜੇ ਭਾਵੇਂ ਅੱਕਾਂ ਦੇ ਬੂਟੇ ਉੱਗੇ ਹੋਣ, ਭਾਵੇਂ ਬੂਈਆਂ ਭਾਵੇਂ ਅੱਕ ਉੱਗੇ ਹੋਣ, ਸਾਰੇ ਉਹ ਚੰਦਨ ਵਰਗੀ ਮਹਿਕ ਨਾਲ ਭਰ ਜਾਂਦੇ ਨੇ। ਕਬੀਰ ਚੰਦਨ ਕਾ ਬਿਰਬਾ ਭਲਾ, ਵਿਹੜਿਓ ਢਾਕ ਪਲਾਸ, ਉਹ ਇਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਜਿਹੜੇ ਚੰਦਨ ਦੇ ਕੋਲ ਰਹਿੰਦੇ ਨਾ, ਉਹਨਾਂ 'ਚ ਵੀ ਉਹਦੇ ਵਰਗੀ ਸੁਗੰਧੀ ਭਰ ਜਾਂਦੀ ਹੈ। ਪਾਰਸ ਸਾਹਿਬ ਨੇ ਆਪਦੇ ਨੇੜੇ ਰਹਿਣ ਵਾਲੇ ਲੋਕਾਂ 'ਚੋਂ ਵੀ ਆਪਦੇ ਵਰਗੀ ਸੁਗੰਧੀ ਆਉਣ ਲਾ ਦਿੱਤੀ। ਮਲਕੀਤ ਸਿੰਘ ਜੀ ਗਿੱਲ ਸਾਹਿਬ ਸਾਡੇ 100 ਰੁਪਇਆ ਸਾਨੂੰ ਬਖਸ਼ ਕਰਦੇ ਨੇ, ਬਹੁਤ ਖੁਸ਼ੀ ਵਾਲੀ ਗੱਲ ਹੈ ਵੀ ਪਾਰਸ ਸਾਹਿਬ ਦੇ ਤਾਇਆ ਜੀ ਦੇ ਲੜਕੇ ਨੇ ਮਲਕੀਤ ਸਿੰਘ ਜੀ ਗਿੱਲ ਸਾਹਿਬ, ਉਹਨਾਂ ਵੱਲੋਂ 100 ਰੁਪਇਆ, ਬਹੁਤ ਧੰਨਵਾਦ। ਲਓ ਆਓ ਅਗਲੀ ਪੋਇਟਰੀ ਪਾਰਸ ਸਾਹਿਬ ਦੀ ਲਿਖੀ ਹੋਈ ਤੁਹਾਡੇ ਚਰਨਾਂ ਦੇ ਵਿੱਚ ਪੇਸ਼ ਕਰਦੇ ਹਾਂ, ਜਿਹਦੇ ਬਾਰੇ ਹੋਰਾਂ ਸ਼ਹਿਰਾਂ ਨੇ ਬੜਾ ਕੁਛ ਲਿਖਿਆ। ਮਾਂ ਵਰਗਾ ਕਣਸ਼ਾਵਾਂ ਬੂਟਾ ਤੁਸੀਂ ਪੜ੍ਹਦੇ ਅਤੇ ਸੁਣਦੇ ਆਏ ਹੋ, ਅਤੇ ਆਓ ਪਾਰਸ ਸਾਹਿਬ ਦੀ ਨਵੇਕਲੀ ਅਤੇ ਵੱਖਰੀ ਪੰਜਾਬੀ ਸਾਹਿਤ ਨੂੰ ਦੇਣ, ਅਤੇ ਉਹਨਾਂ ਦੀ ਇੱਕ ਵਿਲੱਖਣ ਪੋਇਟਰੀ ਵੀ, ਭੁੱਲ ਭੁਲੇਖੇ ਜਰਾ ਕੁ ਠੇਡਾ, ਜੇ ਬੱਚੇ ਦੇ ਬੱਜੇ, ਮੂੰਹ ਦੀ ਬੁਰਕੀ ਛੱਡ ਵਿਚਾਲਿਓ ਫੌਰਨ ਉੱਧਰ ਭੱਜੇ, ਪਹਿਲਾ ਸ਼ਬਦ ਜ਼ੁਬਾਨੋਂ ਨਿਕਲੇ ਐ ਹਾਏ ਮੈਂ ਮਰ ਜਾਵਾਂ, ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ, ਬੇਨਤੀ ਹੈ ਕਿਉਂ ਕੀਤੀ। ਹੋਏ ਹੋਰ ਵਸਤ ਨਾ ਸਰਜੀ ਦੂਜੀ, ਮਾਂ ਦੀ ਮਮਤਾ ਵਰਗੀ,
ਸਰਬਣ ਦੀ ਮਾਂ ਅੰਦਲੀ ਹੋ ਕੇ ਨਾਲ ਪੁੱਤਰ ਦੇ ਮਰ ਗਈ। ਇਹੋ ਜਿਹੀਆਂ ਹਜ਼ਾਰਾਂ ਵਿੱਚੋਂ ਪੁੱਤਰ ਜੰਮਦੀਆਂ ਟਾਵਾਂ ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਉਹ ਜੋਗੀ ਬਣ ਮਨ ਸ਼ਾਂਤ ਨਾ ਹੋਇਆ ਲੰਬੇ ਅਰਸੇ ਬੀਤੇ ਮਮਤਾ ਜਦ ਮੁੜ ਦਰਸ਼ਨ ਕੀਤੇ ਪੂਰਨ ਨੇ ਪਰਮੇਸ਼ਰ ਡਿਠਾ ਮਾਂ ਦੇ ਰੂਪ ਚ ਸਾਵਾਂ ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਭੁੱਲ ਭੁਲੇਖੇ ਜਰਾ ਕੋ ਠੇਡਾ ਜਾ ਬੱਚੇ ਦੇ ਵੱਜੇ ਮੂੰਹ ਦੀ ਪੁਰਕੀ ਛੱਡ ਵਿਚਾਲਿਓ ਫੌਰਨ ਉੱਧਰ ਭੱਜੇ। ਪਹਿਲਾ ਸ਼ਬਦ ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਪੁੱਤਰ ਵੀ ਆਈ ਮੈਂ ਮਰ ਜਾ ਮਾਂ ਲਈ ਗੱਲ ਮਮੂਲੀ ਪਾਲਣ ਪੋਸ਼ਣ ਦੀ ਨਾ ਕੀਮਤ ਅਮੜੀ ਕਦੇ ਵਸੂਲੀ। ਉਹ ਜਲ ਜੀਵਾਂ ਤੋਂ ਕਦੇ ਕਰਾਇਆ ਨਾ ਮੰਗਿਆ ਦਰਿਆਵਾਂ ਹੁੰਦੀਆਂ ਮਿਸ਼ਰੀਓ ਮਿੱਠੀਆਂ ਝਿੜਕਾ ਪੁੱਤ ਨਾ ਕਿਤੇ ਕੁਰਾਹੇ ਪੈ ਜੇ ਮੁੜ ਮੁੜ ਲੈਂਦੀ ਬਿੜਕਾ। ਹੋਏ ਮਾਂ ਦੀ ਗੋਦ ਚ ਲਿਖਿਆ ਦੀਂਦਾ ਸੁਰਗਾਂ ਦਾ ਸਿਰਨਾਵਾ ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਉਹ ਮਾਂ ਦਾ ਦਿਲ ਮਿੱਟੀ ਦਾ ਕੋਈ ਨਹੀਂ ਖਿਡੌਣਾ ਬਣਿਆ ਜਦ ਅੰਬਰ ਜਾਂਦਾ ਛੜਿਆ। ਹੋਏ ਪੁੱਤਰਾਂ ਤੋਂ ਅਪਮਾਨਤ ਹੋ ਕੇ ਮੰਗਣ ਨੇਕ ਦੁਆਵਾਂ ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਦੂਜੀ ਕਿਸ਼ਤ ਚ ਆਉਂਦੇ ਰਿਸ਼ਤੇ ਦੂਰੋਂ ਨੇੜਿਓਂ ਸੱਬੇ ਧਰਤੀ ਛਾਣਿਆ ਅੰਬਰ ਪੁਣਿਆ ਮਾਂ ਦਾ ਬਦਲ ਨਾ ਲੱਭੇ। ਪਿੱਪਲ ਬੋਹੜ ਮਲ ਨਾ ਸਕਣ ਥਾਵਾਂ ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਨਾ ਬੰਦਾ ਧਰਤੀ ਚੋਂ ਜੰਮਿਆ ਨਾ ਚੰਦਨ ਦੇ ਰੁੱਖੋਂ ਸੱਭੇ ਪੀਰ ਪੈਗੰਬਰ ਉਪਜੇ ਪਾਵਣ ਮਾਂ ਦੀ ਕੁੱਖੋਂ। ਹੋਏ ਮਰੀ ਜਿਉਂਦੀ ਮਾਂ ਨੂੰ ਪਾਰਸ ਨਿਉਂ ਨਿਉਂ ਸੀਸਨ ਮਾਵਾਂ ਹੁੰਦੀਆਂ ਮੂਰਤ ਮਾਵਾਂ ਠੰਡੀਆਂ ਛਾਵਾਂ। ਸਾਡੇ ਜਥੇ ਦਾ ਮਾਣ ਕਰਦੇ ਹੋਏ ਬੇਸਰਾਜ ਸਿੰਘ ਜੀ ਛਾਜਲੀ ਜਿਹਨਾਂ ਨੇ ਇਸ ਤੋਂ ਬਾਅਦ ਤੁਹਾਡੀ ਸੇਵਾ ਕਰਨੀ ਹੈ, 100 ਰੁਪਏ ਆਸ਼ੀਰਵਾਦ ਭੇਜ ਕੇ ਬਹੁਤ ਬਹੁਤ ਧੰਨਵਾਦ। ਹਰਵੰਸ਼ ਸਿੰਘ ਜੀ ਸਰਪੰਚ ਵੱਲੋਂ ਕੇ ਉਹਨਾਂ ਵੱਲੋਂ 100 ਰੁਪਇਆ ਬਹੁਤ ਬਹੁਤ ਧੰਨਵਾਦ। ਇਹ ਸਾਰਾ ਪ੍ਰੋਗਰਾਮ ਮਾਲਵਾ TV ਦੇ ਉੱਤੇ malwatv.com ਉਹਦੇ ਉੱਤੇ ਸਾਰੀ ਦੁਨੀਆ ਦੇ ਵਿੱਚ ਲਾਈਵ ਚੱਲ ਰਿਹਾ, ਬਹੁਤ ਖੁਸ਼ੀ ਵਾਲੀ ਗੱਲ ਹੈ। ਸੋਹਣ ਲਾਲ ਜੀ ਉਹਨਾਂ ਵੱਲੋਂ ਸਾਡੇ ਜਥੇ ਦਾ 100 ਰੁਪਇਆ ਮਾਣ ਕੀਤਾ ਗਿਆ, ਬਹੁਤ ਬਹੁਤ ਧੰਨਵਾਦ। ਲਓ ਜੀ ਅਸੀਂ ਫਤਿਹ ਬੁਲਾਉਂਦੇ ਹਾਂ। ਫਤਿਹ ਬੁਲਾਉਣ ਤੋਂ ਪਹਿਲਾਂ ਇੱਕ ਤਾਂ ਅਸੀਂ ਗਾਉਣ ਵਾਲੇ ਆਪਦਾ ਐਡਰੈਸ ਦੱਸਦੇ ਹੁੰਦੇ ਹਾਂ ਵੀ ਕਿਸੇ ਨੂੰ ਲੋੜ ਪੈ ਜੇ ਸਾਨੂੰ ਬੁਲਾਉਣਾ ਹੋਵੇ। ਅੱਜ ਜਦੋਂ ਅਸੀਂ ਕਾਰ 'ਚ ਉਤਰਿਆ ਮੁੰਡੇ ਐਂ ਪੁੱਛਦੇ ਸੀ ਕਿਹੋ ਜਿਹੇ ਪ੍ਰੋਗਰਾਮ 'ਤੇ ਆਉਂਦੇ, ਇੱਕ ਤਾਂ ਇਹੋ ਜਿਹੇ 'ਤੇ ਆ ਕੇ ਬਾਹਲੇ ਖੁਸ਼ ਹਾਂ। ਨਗਰ ਕੀਰਤਨ 'ਤੇ ਵੀ ਆ ਜਾਂਦੇ ਹਾਂ, ਖੰਡ ਪਾਠ ਹੋਵੇ, ਸਧਾਰਨ ਪਾਠ ਹੋਵੇ, ਬਾਬੇ ਦੇ ਡੇਰਿਆਂ 'ਚ ਪ੍ਰੋਗਰਾਮ ਹੋਵੇ ਉੱਥੇ ਅਸੀਂ ਆ ਜਾਂਦੇ ਹਾਂ, ਟੂਰਨਾਮੈਂਟ ਹੋਣ ਉੱਥੇ ਆ ਜਾਂਦੇ ਹਾਂ, ਮੁੰਡੇ ਦੀ ਛਟੀ ਹੋਵੇ ਉੱਥੇ ਆ ਜਾਂਦੇ ਹਾਂ, ਜਾਂ ਫਿਰ ਸਿਆਲ 'ਚ ਕਿਸੇ ਦਾ ਬੁੜਾ ਜਾਂ ਬੁੜੀ ਕਹਾਂ ਪਚਾਹ ਹੋ ਜੇ ਉਦੋਂ ਸੱਦ ਸਕਦੇ ਹੋ ਤੁਸੀਂ ਸਾਨੂੰ। ਕਾਰਡ ਲੈ ਲਿਓ ਨਾਲੇ, ਇਹਦੇ ਨਾਲ ਸਾਨੂੰ ਨੈੱਟ 'ਤੇ ਦੇਖ ਸਕਦੇ ਹੋ ਤੁਸੀਂ। ਜਗਸੀਰ ਸਿੰਘ ਢੱਡੇ ਮੇਰੇ ਸਾਥੀ MA ਪੰਜਾਬੀ BEd, ਫਿਰ ਇਹਨਾਂ ਨੇ ਹੱਥ ਪਾਇਆ ਕਵਿਸ਼ਰੀ ਨੂੰ, ਪਹਿਲਾਂ ਫਸਟ ਡਿਵੀਜ਼ਨ 'ਚ MA ਪੰਜਾਬੀ BEd ਕਰਕੇ। ਇੱਧਰ ਬਲਕਰਨ ਸਿੰਘ BSc ਐਗਰੀਕਲਚਰ, ਦਾਸ ਸੁਖਰਾਜ ਸਿੰਘ IM5 MA BEd MPhil ਐਂਡ ਨਾਓ ਡੂਇੰਗ PhD ਔਨ ਪੰਜਾਬੀ ਕਵਿਸ਼ਰੀ। ਦਿਸ ਇਜ਼ ਅਵਰ ਨੋਟ ਅਵਰ ਹੋਬੀ, ਨੋਟ ਅਵਰ ਵਰਕ, ਦਿਸ ਇਜ਼ ਅਵਰ ਰਿਸਰਚ ਔਨ ਪੰਜਾਬੀ ਲਿਟਰੇਚਰ। ਸੋ ਇੰਨਾ ਕੁਝ ਬੋਲਦੇ ਖਿਮਾਂ ਦੇ ਜਾਚਕਾਂ, ਬੋਲਦਿਆਂ ਤੋਂ ਹੁਣ ਤਾਂ ਹੀ ਰਹਿ ਗਈਆਂ ਹੋਣੀਆਂ, ਕਵਿਤਾ ਦੇ ਵਿੱਚ ਵੀ ਅੱਗਾ ਪਿੱਛਾ ਹੋ ਗਿਆ ਹੋਣਾ ਕਿਉਂਕਿ ਤੁਸੀਂ ਬੜੀ ਉਹਨਾਂ ਦੀ ਨੇੜਿਓਂ ਕਵਿਤਾ ਨੂੰ ਜਾਣਨ ਵਾਲੇ ਲੋਕ ਬੈਠੇ ਹੋ। ਕਿਸੇ ਨੂੰ ਕੋਈ ਘਾਟ ਵੱਧ ਲੱਗੇ ਅਸੀਂ ਪ੍ਰੇਮ ਸਹਿਤ ਸਰਵਣ ਕਰ ਲਾਂਗੇ, ਕਿਤੇ ਘਾਟ ਵੱਧ ਰਹੀ ਹੋਵੇ ਦੱਸ ਦਿਓ, ਅਤੇ ਆਪਣੀਆਂ ਭੁੱਲਾਂ ਚੁੱਕਾਂ ਦੀ ਮਾਫੀ ਮੰਗਦੇ ਹੋ ਬਸ ਇੱਥੇ ਹੀ ਫਤਿਹ ਬੁਲਾਉਂਦੇ ਹਾਂ।
ਆਗਿਆ ਦਿਓ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਹਾਂ ਵੀ ਇੱਕ ਵਾਰ ਜ਼ੋਰਦਾਰ ਤਾੜੀਆਂ ਹੋ ਜਾਣ ਪ੍ਰੀਤ ਗਰੁੱਪ ਢੱਡੇ ਦੇ ਨਾਂ 'ਤੇ। ਹਾਂਜੀ ਰਾਮੋਲਾ ਸਾਹਿਬ, ਇੱਕ ਤਾਂ ਜਿਹਦਾ ਘਰ ਨੇੜੇ ਹੈ ਅਤੇ ਛਤਰੀ ਹੋਵੇ ਇੱਕ, ਉਹ ਲੈ ਆਈਏ, ਕਿਉਂਕਿ ਸਰੰਗੀ ਨੇ ਉੱਤੇ ਸਰੰਗੀ ਦਾ ਜ਼ਰੂਰੀ ਹੈ ਬਚਾਉਣਾ, ਜਾਂ ਉੱਤੇ ਕੱਪੜਾ ਕਰ ਲਈਏ। ਮੈਂ ਤੁਹਾਨੂੰ ਇਹ ਦੱਸ ਦਿਆਂ ਵੀ ਦੁਬਾਰਾ ਆਹ ਜੋ ਸੰਗੀਤ ਹੈ ਉਹ ਆ ਰਿਹਾ ਹੁਣ। ਛਾਜਲੀ ਵਾਲੇ ਜਿਹੜੇ ਪੁਰਾਣੇ ਸ਼ਾਨਦਾਰ ਗਵਈਏ ਹੈ ਦੇਸਰਾਜ ਜੀ ਛਾਜਲੀ, ਜਿਹੜੇ ਉਹਨਾਂ ਨੇ ਚਰਨ ਰੱਖੇ ਆ ਸਾਡੇ ਕੋਲ, ਅਤੇ ਮੈਂ ਉਹਨਾਂ ਦੇ ਉੱਤੇ ਸਿਰ ਨਵਾਉਣਾ। ਉਹ ਰਿਟਾਇਰਡ ਪ੍ਰਿੰਸੀਪਲ ਨੇ, ਮੈਂ 500 ਰੁਪਈਏ ਨਾਲ ਉਹਨਾਂ ਦਾ ਸਵਾਗਤ ਕਰਦਾ। ਹਾਂਜੀ ਇੱਕ ਵਾਰ ਜ਼ੋਰਦਾਰ ਤਾੜੀਆਂ ਹੋ ਜਾਣ ਦੇਸਰਾਜ ਸ਼ਾਜਲੀ ਉਹਨਾਂ ਦੇ ਨਾਂ 'ਤੇ। ਔਰ ਛਤਰੀ ਜ਼ਰੂਰ ਲਿਆਓ ਜਿਹਦੇ ਘਰ, ਹਾਂ ਜਿਹਦਾ ਘਰ ਨੇੜੇ ਆ ਛਤਰੀ ਲੈ ਆਓ, ਕਿਉਂਕਿ ਸਰੰਗੀ ਜਿਹੜੀ ਆ ਉਹ ਛਤਰੀ ਤੋਂ ਬਿਨਾਂ ਮੁਸ਼ਕਲ ਹੈ। ਜਿਹਦਾ ਵੀ ਘਰ ਨੇੜੇ ਆ ਭੱਜ ਕੇ ਜਾ ਕੇ ਉਹ ਛਤਰੀ ਲੈ ਆਵੇ। ਥੈਂਕ ਯੂ ਜੀ। ਅਸੀਂ ਲੋਕ ਸੰਗੀਤ ਮੰਡਲੀ ਛਾਜਲੀ ਵੱਲੋਂ ਬਹੁਤ ਬਹੁਤ ਰੀਣੀਆਂ ਜੀ ਤੁਹਾਨੂੰ। ਕਲੰਗੀ ਵਾਲਿਆ ਕਲੰਗੀ ਵਾਲਿਆ ਤੈਨੂੰ ਪ੍ਰਣਾਮ ਕਰਦਾ, ਭਾਵੇਂ ਮਜ਼ਹਬ ਦਾ ਮੁਸਲਮਾਨ ਹਾਂ, ਕਲਾਕਾਰ ਹੀ ਇੱਕ ਇਨਸਾਨ ਹਾਂ, ਸਾਡੇ ਪੈਗੰਬਰਾਂ ਨੇ ਸਜਦੇ ਕੀਤੇ ਤੈਨੂੰ, ਸ਼ਾਦੀ ਸੱਚੀ ਸੰਤਾਨ ਹਾਂ, ਕਹਿੰਦੇ ਨੇ ਜਦੋਂ ਸਰਹੰਦ ਦੇ ਸੂਬੇ ਖਾਨ ਵਜੀਦ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਚਿਣਾਤਾ ਨੀਹਾਂ ਦੇ ਵਿੱਚ, ਸਾਰੇ ਦੇਸ਼ ਵਿੱਚ ਮਾਤਮ ਛਾ ਗਿਆ। ਜਦੋਂ ਇਸ ਗੱਲ ਦਾ ਪਤਾ ਪੰਜਾਬ ਦੇ ਸਿੰਘਾਂ ਨੂੰ ਲੱਗਿਆ, ਇਕੱਠੇ ਹੋ ਕੇ ਗੁਰੂ ਜੀ ਕੋਲ ਗਏ, ਜਾ ਕੇ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਆ, ਕਲਗੀਆਂ ਵਾਲੇ ਪਾਤਸ਼ਾਹ ਐ ਦੋ ਜਹਾਂ ਦੇ ਵਾਲੀ, ਜੇ ਤੁਹਾਡਾ ਹੁਕਮ ਹੋਵੇ ਤਾਂ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਫੜ ਕੇ ਸੂਬੇ ਨੂੰ ਤੁਹਾਡੇ ਸਾਹਮਣੇ ਪੇਸ਼ ਕਰ ਦਈਏ, ਤਾਂ ਕਿ ਸਜ਼ਾ ਤੁਸੀਂ ਆਪਣੇ ਹੱਥਾਂ ਨਾਲ ਦੇਵੋ। ਸਿੰਘ ਗਲ ਵਿੱਚ ਪੱਲਾ ਪਾ ਕੇ ਅਰਦਾਸ ਕਰਦੇ ਨੇ, ਜੋੜੀ ਬਿਆਨ ਕਰਕੇ ਦੱਸਦੀ ਆਪਣਾ ਜਿਹੜੀ ਬੇਰੀ ਤੇ ਮਿੱਠੜੇ ਬੇਰ ਹੁੰਦੇ, ਕੌਣ ਜਾਣਦਾ ਕਾਵਾਂ ਤੇ ਕੁੱਤਿਆਂ ਨੂੰ, ਤੇ ਕੈਦ ਪਿੰਜਰੇ ਵਿੱਚ ਨੇ
ਖੇਰ ਹੁੰਦੇ ਜਦੋਂ ਆ ਕੇ ਸਿੰਘ ਸਰਹੰਦ ਵੜਦੇ ਸਰਹੰਦ ਵੜਦੇ ਜਦੋਂ ਆ ਕੇ ਸਿੰਘ ਸਰਹੰਦ ਵੜਦੇ ਸਰਹੰਦ ਵੜਦੇ ਉਹ ਇਕੱਠੇ ਹੋ ਕੇ ਸਾਰੇ ਅਰਦਾਸ ਕਰਦੇ ਅਰਦਾਸ ਕਰਦੇ ਬਾਜੀ ਇਕੱਠੇ ਹੋ ਕੇ ਸਾਰੇ ਅਰਦਾਸ ਕਰਦੇ ਅਰਦਾਸ ਕਰਦੇ ਕਹਿੰਦੇ ਤੇਰਾ ਨਾਮ ਦਿਲਾ ਜਿੱਤਿਆ ਲਿਆ ਉਹ ਦਿਲਾ ਜਿੱਤਿਆ ਲਿਆ ਅੰਗ ਸੰਗ ਰਹੀ ਸਾਡੇ ਬਾਜਾ ਵਾਲਿਆ ਸਾਡੇ ਬਾਜਾ ਵਾਲਿਆ ਅੰਗ ਸੰਗ ਰਹੀ ਸਾਡੇ ਬਾਜਾ ਵਾਲਿਆ ਸਾਡੇ ਬਾਜਾ ਵਾਲਿਆ ਸਾਡੀ ਰੱਖਿਓ ਲਾਜ ਨੂੰ ਲਾਜ ਨੂੰ ਦਸਵੇਂ ਪਿਤਾ ਜੀ ਸਾਡੀ ਰੱਖਿਓ ਲਾਜ ਨੂੰ ਉਹ ਸਾਡੀ ਰੱਖਿਓ ਲਾਜ ਨੂੰ ਅਸੀਂ ਜੜੋਂ ਪੁੱਟ ਦੇਣਾ ਮੁਗਲਾਂ ਦੇ ਰਾਜ ਨੂੰ ਮੁਗਲਾਂ ਦੇ ਰਾਜ ਨੂੰ ਅਸੀਂ ਜੜੋਂ ਪੁੱਟ ਦੇਣਾ ਮੁਗਲਾਂ ਦੇ ਰਾਜ ਨੂੰ ਉਹ ਮੁਗਲਾਂ ਦੇ ਰਾਜ ਨੂੰ ਅੱਜ ਆਸਾਂ ਮੁਗਲਾਂ ਨਾਲ ਮੱਥਾ ਲਾ ਲਿਆ ਅਸੀਂ ਮੱਥਾ ਲਾ ਲਿਆ ਅੰਗ ਸੰਗ ਰਹੀ ਸਾਡੇ ਬਾਜਾ ਵਾਲਿਆ ਸਾਡੇ ਬਾਜਾ ਵਾਲਿਆ ਅੰਗ ਸੰਗ ਰਹੀ ਸਾਡੇ ਬਾਜਾ ਵਾਲਿਆ ਸਾਡੇ ਬਾਜਾ ਵਾਲਿਆ ਅੰਗ ਸੰਗ ਰਹੀ ਸਾਡੇ ਬਾਜਾ ਵਾਲਿਆ ਸਾਡੇ ਬਾਜਾ ਵਾਲਿਆ ਅੰਗ ਸੰਗ ਰਹੀ ਸਾਡੇ ਬਾਜਾ ਵਾਲਿਆ ਸਾਡੇ ਬਾਜਾ ਵਾਲਿਆ ਸਾਡਾ ਸਿਰ ਝੁਕਦਾ ਹੈ ਇਸ ਧਰਤੀ ਮਾਤਾ ਲਈ ਜਿਨ੍ਹਾਂ ਨੇ ਇਹੋ ਜਿਹੇ ਇੱਕ ਆਪਣੇ ਲਾਲ ਨੂੰ ਜਨਮ ਦਿੱਤਾ ਇੱਕ ਪੁੱਤਰ ਨੂੰ ਜਨਮ ਦਿੱਤਾ ਸ਼੍ਰੋਮਣੀ ਕਵੀ ਜਿਹਨੇ ਸਾਰੀ ਦੁਨੀਆ 'ਚ ਧੂਮਾਂ ਪਾਈਆਂ ਉਸ ਦੇ ਨਾਂ 'ਤੇ ਇੱਕ ਕਲੀ ਇੱਕ ਰਚਨਾ ਮੈਂ ਲਿਖ ਕੇ ਲੈ ਕੇ ਆਇਆ ਰਾਮੂਵਾਲੀਆ ਜੀ ਤੁਹਾਡੇ ਪਿਤਾ ਜੀ ਨੂੰ ਚਾਰ ਲੈਣਾ ਨਜ਼ਰ ਅਸੀਂ ਪੇਸ਼ ਕਰ ਰਹੇ ਹਾਂ you
ਪੜ੍ਹ ਕੇ ਪਾਰਸ ਬਣ ਗਿਆ ਮੁਰਸ਼ਦ ਕ੍ਰਿਸ਼ਨ ਆਨੰਦ ਜੀ ਤੋਂ ਉਹ ਪਾਰਸ ਬਣ ਕੇ ਸੋਹਣਿਆ ਨਾਲ ਜੋ ਰਲ ਕੇ ਤੇਰੇ ਉਹ ਗੁੰਦ ਗੁੰਦ ਨਾਲ ਪਿਆਰ ਦੇ ਹਾਲ ਬਣਾ ਲਏ ਹਰਫਾਂ ਦੇ ਗੁੰਦ ਗੁੰਦ ਨਾਲ ਪਿਆਰ ਦੇ ਹਾਲ ਬਣਾ ਲਏ ਹਰਫਾਂ ਦੇ ਛੰਦ ਘੇਰ ਲੈ ਬਥੇਰੇ ਉਹ ਚਮਕਣ ਹਾਰ ਹਮੇਲਾ ਵਾਂਗਰ ਚੰਦ ਤੇ ਤਾਰਿਆਂ ਦੇ ਅਮੀਰ ਬਹੁਤ ਹੈ ਪਰ ਅਮੀਰ ਹੋ ਕੇ ਵੀ ਸੁਭਾਅ ਦੇ ਠੰਡੇ ਹੈ। 100 ਰੁਪਈਆ ਨਾਲੇ ਜੈਤੋਂ ਦੇ ਬਾਣੀਆਂ ਤਾਂ ਉਹ ਵੀ ਮੰਨੇ ਹੋਏ ਮਲੰਗ ਨਹੀਂ ਵੇਖਿਆ। ਮੈਂ ਕਹੂੰਗਾ ਵੀ ਹੁਣ ਇਹ ਜਾਂ ਨਗੋਜੇ 'ਤੇ ਜਾਂ ਸਰੰਗੀ 'ਤੇ ਗਾਉਣ ਹਰਚਰਨ ਉੱਪਰ ਆਇਓ ਮਾਸਟਰ ਜੀ। ਅਸੀਂ ਬਹੁਤਾ ਮਾਣਤਾ ਨਹੀਂ ਕਰ ਸਕੇ, ਇੱਧਰ ਦੀ ਆ ਜਾਓ। ਮੈਂ ਅਤੇ ਹਰਚਰਨ, ਮੇਰਾ ਵੱਡਾ ਭਾਈ, ਨਗਰ ਪੰਚਾਇਤ ਸਾਰਿਆਂ ਵੱਲੋਂ ਅਸੀਂ ਜੀ ਆਇਆ ਕਹਿੰਦੇ ਹੋਏ ਆਓ ਜੀ ਚੱਕਰ ਸਾਹਿਬ ਬੂਟਾ ਸਿੰਘ ਚੱਕਰ ਸਾਡੇ ਲੀਡਰ ਹੈ। ਕੋਈ ਨਹੀਂ ਬਾਅਦ 'ਚ ਕਰ ਲਾਂਗੇ, ਤੂੰ ਮੱਥਾ ਟੇਕ ਲਓ। ਅਸੀਂ 7000 ਰੁਪਈਆ, ਮੈਂ ਤੁਹਾਨੂੰ ਪੁੱਛਦਾ ਥੋੜ੍ਹਾ ਤਾਂ ਮੈਂ ਵਧਾ ਦਿੰਦਾ ਬਹੁਤ ਆ ਜੀ। ਮੈਂ 7000 ਰੁਪਈਆ ਅਸੀਂ ਇਹਨਾਂ ਨੂੰ ਮੱਥਾ ਟੇਕਦੇ ਹਾਂ। ਬਹੁਤ ਆ, ਬਹੁਤ ਆ ਜੀ, ਬਹੁਤ ਆ, ਬਹੁਤ ਤੇ ਆ ਲਓ। ਬਹੁਤ ਬਹੁਤ ਧੰਨਵਾਦ ਜੀ। ਵੈਸੇ ਮੇਰਾ ਤਾਂ ਇਸ ਧਰਤੀ ਦੇ ਸਾਰੇ ਲੋਕਾਂ ਦੀ ਪੈਰਾਂ 'ਚ ਬੂਟਾ ਸਿੰਘ ਅਤੇ ਇਸ ਪਰਿਵਾਰ ਦਾ ਜੋ ਕਰਵਾ ਰਹੇ ਨੇ, ਅਤੇ ਅਸੀਂ ਗੱਲਾਂ ਘੱਟ ਕਰਦੇ ਹੁੰਦੇ ਹਾਂ ਕਿਉਂਕਿ ਸਮਾਂ ਘੱਟ ਹੁੰਦਾ ਹੈਗਾ। ਅਤੇ ਸੁਣੋ ਅੱਗੇ ਬੂਟਾ ਸਿੰਘ ਚੱਕਰ ਦੀ ਮਾਂ, ਬੂਟਾ ਸਿੰਘ ਚੱਕਰ ਮਾਇਆ ਭੇਜਦੇ ਆ, ਉਹ ਸਾਡੇ ਕਿਸਾਨ ਵਿੰਗ ਦੇ ਸੀਨੀਅਰ ਪ੍ਰਧਾਨ ਅਕਾਲੀ ਦਲ ਦੇ, ਅਤੇ ਸਾਰੇ ਜਿਹੜੇ ਆ ਰਹੇ ਆ। ਮੈਂ ਤੁਹਾਨੂੰ ਕਦੇ ਬਾਬਾ ਸ਼ੇਰ ਸੋਰੀ ਯਾਦ ਕਰਨ, ਚਾਚਾ ਸਰਵੇ ਹੋਣੀ ਫੈਲੀ ਦੇ ਬਹਿ ਕੇ ਸਾਰਾ ਦਿਨ ਸੁਣੀ ਜਾਂਦੇ ਸੀ ਇਹ ਛੰਦਾਂ ਨੂੰ, ਇਹ ਕਿਤੇ ਮਸਾਂ ਮਿਲਦੇ ਆ।
ਮੈਂ ਸੱਚੀ ਗੱਲ ਕਹਿੰਦਾ ਅਸੀਂ ਵਜ਼ੀਰੀਆਂ ਵੀ ਕੀਤੀਆਂ ਸੈਂਟਰ 'ਚ ਸ਼੍ਰੀਨਗਰ ਤੋਂ ਲੈ ਕੇ ਉਹ ਲੰਕਾ 'ਤੇ ਰਾਜ ਕੀਤਾ ਪਰ ਆਹ ਵੀ ਆਨੰਦ ਹੈ ਇਹ ਕੋਈ ਘੱਟ ਨਹੀਂ ਅਤੇ ਇੱਕ ਕਲੀ ਲਾ ਦਿਓ ਪਹਿਲਾਂ ਉਹਨਾਂ ਦੀ ਪਹਿਲਾਂ ਛੋਟਾ ਰਾਜ ਫਿਰ ਕਲੀ ਕੋਈ ਨਹੀਂ ਪੂਰਾ ਆਪਾਂ ਲਾਉਣਾ ਮੁੰਡਿਓ ਜਿਵੇਂ ਕਹਿੰਦੇ ਨਾ ਹਲ ਪਜਾਲੀਆਂ ਨਹੀਂ ਭੁੱਲਣੀਆਂ ਹੁਣ ਤਾਂ ਟਰੈਕਟਰ ਆ ਗਏ ਇਹ ਅਸਲੀ ਜੋ ਪੰਜਾਬੀ ਗਾਇਕੀ ਹੈ ਚੰਗਾ ਹਾਂਜੀ ਇਹ ਜਿਹੜੇ ਹਲ ਪਜਾਲੀਆਂ ਇਹ ਆ ਅਤੇ ਟਰੈਕਟਰ ਮਗਰ ਨਛੱਤਰ ਕੇ ਲਾਊਗਾ ਉਹ ਫਿਰ ਬਾਅਦ 'ਚ ਦੇ ਦੇ ਇੱਕ ਵਾਰ ਜ਼ੋਰਦਾਰ ਤਾੜੀਆਂ ਬਾਬਾ ਸ਼ੇਰ ਸਿੰਘ ਜੀ ਜਿੱਥੇ ਦਾ ਮਾਣ ਕਰਦੇ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਵੀਰਾ ਜੀ ਕਿਤੇ ਉਹ ਪਹਿਲਾਂ ਜਿਹੜੇ ਪ੍ਰੀਤ ਢੱਡੇ ਕਹਿ ਗਿਆ ਵੀ ਸਾਊਂਡ ਬਹੁਤ ਸੋਹਣੀ ਕਿਤੇ ਨਜ਼ਰ ਤਾਂ ਨਹੀਂ ਲਵਾ ਲਈ ਹੈ ਅਨੇ ਫਿਰ ਆਹ ਮਾਈਕ ਦੇ ਦਿਆਂ ਇਹਨਾਂ ਨੂੰ ਦੇ ਦਿਓ ਹਾਂਜੀ ਆਹ ਲਓ ਜੀ ਇਹ ਤੇ ਇਹਦੇ ਨਾਲ ਹੀ ਸਾਨੂੰ ਹੁਕਮ ਹੋਇਆ ਸੀਗਾ ਕਿ ਹੀਰ ਦੀ ਕਲੀ
ਤੇ ਅਸੀਂ ਬੇਨਤੀ ਕਰਦੇ ਹਾਂ ਕਿ ਅਸੀਂ ਬਾਪੂ ਜੀ ਦੀ ਰਚਨਾ ਹੀ ਥੋੜ੍ਹਾ ਜਿਹਾ ਮੇਰੇ ਲਈ, ਕਿਉਂਕਿ ਮੈਂ ਨਵੇਂ ਮੈਂ ਇੱਥੋਂ ਦੇਖ ਕੇ ਗਾਊਂਗਾ ਜੀ, ਬਸ ਇੰਨੀ ਬੇਨਤੀ ਕਬੂਲ ਕਰ ਲਿਓ। ਕੁਰਸੀਆਂ ਹੋਰ ਮੰਗਾ ਲਈਆਂ ਪਰ ਬੀਬੀਆਂ ਵੱਡੀ ਗਿਣਤੀ ਜਾ ਰਹੀਆਂ, ਤੇ ਮੁੰਡਿਓ ਵਲੰਟੀਅਰ ਹੋਵੋ, ਬੀਬੀਆਂ ਨਾਲ ਨਾਲ ਕੁਰਸੀਆਂ ਉੱਥੋਂ ਹੋਰ ਡਾ ਦਿਓ, ਸਾਹਮਣੇ ਹੈਗੇ ਵਲੰਟੀਅਰ ਹੋਵੋ ਦੋ ਤਿੰਨ ਮੁੰਡੇ, ਇੱਧਰ ਜਿੱਧਰ ਬੀਬੀਆਂ ਆਈਆਂ ਉੱਧਰ ਹੀ ਡਾ ਦਿਓ। ਸਾਨੂੰ ਬਹੁਤ ਚਾਅ ਹੈ ਕਿ ਤੁਸੀਂ ਵੱਡੀ ਗਿਣਤੀ 'ਚ ਆਏ ਹੈ। ਮੈਂ ਸਹੁੰ ਕਰਨਾ ਬਾਬੇ ਪੂਰਨ ਦਾਸ ਦੀ, ਮੈਨੂੰ ਇਕੱਲੇ ਨੂੰ ਕਈ ਵਾਰੀ ਜਦੋਂ ਪਿੰਡ ਦੀਆਂ ਚਾਚੀਆਂ ਤਾਈਆਂ, ਉਦੋਂ ਜਿਹੜੀਆਂ ਸਾਡੇ ਵੇਲੇ ਸਾਡੀਆਂ ਚਾਚੀਆਂ ਤਾਈਆਂ ਸੀ, ਚਾਚੀ ਗੁਰਨਾਮ ਕੌਰ, ਮੈਂ ਇਹਨਾਂ ਦੇ ਰਾਮਗੜੀਏ ਸਿੰਘਾਂ 'ਚੋਂ, ਜੀਤੋ, ਭਗਵਾਨ ਕੌਰ, ਨਿਹਾਲ ਕੌਰ, ਅਤੇ ਫਿਰ ਚਾਚੀ ਪ੍ਰਸਿੰਨੀ, ਅਤੇ ਫਿਰ ਮਾਨ ਕੌਰ, ਇੰਦ ਕੌਰ ਵੀ ਮਾਈ, ਜਦੋਂ ਕਹਿੰਦੇ ਚੇਤੇ ਆਉਂਦੀਆਂ ਅੱਖਾਂ ਭਰ ਆਉਂਦੀਆਂ। ਸਭ ਸਤਿਕਾਰ ਨਾਲ ਬੈਠੋ, ਮੈਨੂੰ ਖੁਸ਼ੀ ਆ ਸੀ ਪੁਰਾਣਾ ਗਾਉਣ, ਇਹਦੇ 'ਚੋਂ ਅਸੀਂ ਉੱਠੇ, ਇਹਦੇ ਵਿੱਚੋਂ ਅਸੀਂ ਉੱਠੇ। ਉਹ ਹੁਣ ਗਾ ਰਹੇ ਹੈ ਢਾਡੀ ਛਾਜਲੀ ਵਾਲੇ। ਅਸੀਂ ਕੁਛ ਕੁਰਸੀਆਂ ਇਹ ਪਾਸੇ ਲੱਗੇ ਲੱਗੀਆਂ, ਇੱਧਰ ਇੱਥੇ ਸਾਹਮਣੇ ਲਾ ਲਓ, ਕੁਝ ਇੱਧਰ ਲਾ ਲਓ ਜੀ। ਗਲੀ ਹੈ ਉਹ ਤਾਂ ਗਿੱਠਕ ਦਾ ਹੀ ਖੁਸ਼ਬੋ ਦਿੰਦੀ ਹੈ, ਆਹ ਗਲੀ ਦੀ ਤਾਂ ਖੁਸ਼ਬੋ ਵੀ ਅਮਰੀਕਾ ਤਾਂ ਹੀ ਹੈ। ਉਹ ਕੌਣ ਵੇਲੇ ਦੀਆਂ ਬਾਤਾਂ ਓਏ ਸੱਜਣੋ, ਹੀਰ ਦੀਆਂ ਸਹੇਲੀਆਂ ਜਾ ਕੇ ਹੀਰ ਨੂੰ ਦੱਸਦੀਆਂ ਨੇ, ਅੜੀਏ ਹੀਰੇ ਅੱਜ ਅਸੀਂ ਦੇਖ ਕੇ ਆਇਆ ਬਾਗ ਚ ਤੇਰੀ ਸੇਜ ਤੇ ਕੋਈ ਹੋਰ ਸੁੱਤਾ ਪਿਆ, ਗੱਭਰੂ ਸੋਹਣਾ ਸੁਣੱਖਾ। ਹੀਰ ਆਪਣੀ ਸਹੇਲੀਆਂ ਦੀ ਫੌਜ ਲੈ ਕੇ ਰਾਂਝੇ ਕੋਲ ਪਹੁੰਚ ਗਈ, ਜਾ ਕੇ ਧੂਰੀ ਦਾ ਪੱਲਾ ਚੱਕਿਆ, ਸੋਹਣਾ ਸੁਣੱਖਾ ਗੱਭਰੂ ਦੇਖਿਆ, ਹੀਰ ਹੱਕੀ ਬੱਕੀ ਰਹਿ ਗਈ। ਮਾਣ ਮੱਤੀਏ ਹੁਸਨ ਗੁਮਾਨ ਪਰੀਏ, ਇਹਨਾਂ ਮੈਥੋਂ ਕਸੂਰ ਕੀ ਹੋ ਗਿਆ? ਰਾਂਝੇ ਨੇ ਹੀਰ ਦੇ ਹੱਥ ਚੋਂ ਸ਼ੰਕ ਫੜ ਲਈ, ਫੜ ਕੇ ਹੀਰ ਦੇ ਹੱਥ ਚੋਂ ਸ਼ੰਕ, ਜੋ ਕੁਝ ਰਾਂਝਾ ਕਹਿੰਦਾ ਜੋੜੀ ਬਿਆਨ ਕਰਕੇ ਦੱਸਦੀ ਹੈ, ਭਲਾ ਵਾਈ ਕਾਨੂੰ ਵਿੱਚ ਛੋੜਦਾ ਹੈ, ਜੇਕਰ ਪਿਛੜੇ ਨਹੀਂ ਮਲਾਉਣ ਜੋਗਾ, ਜੇ ਪੱਲਿਓ ਖੈਰ ਨੀ ਪਾਉਣ ਜੋਗਾ, ਉਹ
हमद बूटिया क्यों बदिया ते लग बंदा वो जेकर नेकिया नहीं कमाण जोगा लाके पल्ला हो रांझा नाल ने मरता बोलिया सी मैं के नाल ने मरता बोलिया सी ए जीवन खेल तमाशा जो पानी दे बिच पता सिर गूके गाल गंडासा जद चकलो चकलो हो जूगी नहीं रे उठ गया पार वजूद जो लाके पला हो रांझा नाल न मरता बोलिया सी हो तिया भले करा दिया बोलन आ चक पालंग आपदा बाण च हो गए बह जागे निक्की जल्दी का तो कर दी है कचीरे री की दुध चोलिया सेज दा लूला लालिया पलंग दिया छोते हो तुरे अकेलू जाने आ राइया नाल न करने ऐडे सख्त वतीरे नी सरदार हरदेव सिंह सरगणा दा साडा बहुत बहुत मान करके कहने जिसे असीं बहुत बहुत धन्नवाद करते हाँ साडे सामने बैठा भाई नादर सिंह पनेर जो कि बहुत ही मशहूर ढाडी लोग ने सरदार हरचरण सिंह जी जथे का बहुत सारा मान करके गए ने असी बहुत बहुत धन्यवाद कर सोहल कलिए तिखी क्यों कंडे तो हो गई है ओ मिर्चो कौड़ी ना बन पूरी मैं दिए खीरे नी ओ साना खदर दयानू हेठ नगा दे ल्यावे ना एक दिन रोले गलिए रेशमी तूली रे थाना खदर दया नू हेठ निगा दे लवे ना एक दिन गलिया दे बिच रोले रेशमी उसने जवानी हीरे दो दिन छाया बदला दी नी कर दी माने कासदा पानी दिए लकीरे नी दस की लोड़ आ गया चाड़ा नी कट के गरीब दे कतल वो नाश मशीरे नी वो क्यों कर रूप डैन दा तारे हूरे सुरग दिए तलक ना होइए कर्मा बाले दिए जगीरे नी ਕਰਨੈਲ ਜੀਤ ਸਿਆ ਬਾਗ ਬਥੇਰੇ ਤੋਤਿਆਂ ਨੂੰ ਮੈਂ ਸਦਕੇ ਨਿੰਮ ਦੇ ਬੂਟੇ ਦਾ ਤਮਾਲ ਕਰੀ ਨਾ ਹੀਰੇ ਨੀ ਉਹ ਹੱਥ ਤਾਂ ਬਣਦਾ ਨੀ ਹੀਰੇ ਅਰਜਮ ਕਰਦਾ ਤੇਰੀਆਂ ਦਸ ਦਮ ਦਾ ਵਸਾਕੀ ਕਰ ਦਿਓ ਧੰਨਵਾਦ ਜਥੇ ਦਾ ਦੋ ਦੋ ਕਵਿਤਾਵਾਂ ਵਾਰੀ ਵਾਰੀ ਲੱਗੀ ਜਾਣਗੀਆਂ
ਫਿਰ ਅਗਲੇ ਜਿੱਥੇ ਦੋ ਫਿਰ ਦੋ ਕਵਿਤਾਵਾਂ ਤੇ ਮੈਂ ਸਵਾਗਤ ਕਰਦਾ ਇਸ ਜਥੇ ਦਾ ਵੀ ਅਗਲੇ ਜਥੇ ਦਾ ਮੈਂ ਨਾਂ ਦੱਸਦਾ ਇੱਕ ਵਜੇ ਮਿਨਿਸਟਰ ਨੇ ਆਉਣਾ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਨੇ ਤੇ ਮੈਂ ਉਹਨਾਂ ਨੂੰ 20 ਮਿੰਟ 'ਚ ਤੋਰ ਦੇਣਾ ਬਹੁਤਾ ਬਹੁਤਾ ਆਪਾਂ ਇਹਨਾਂ ਨੂੰ ਸੁਣਨਾ ਗਵਾਈਆਂ ਨੂੰ ਉਹਨਾਂ ਨੂੰ ਤਾਂ ਆਪਾਂ ਜਿੰਨਾ ਕੁ ਚੋਇਆ ਗਿਆ ਚੋ ਕੇ ਚੱਲ ਬਈ ਉਹਨਾਂ ਕੀ ਆ ਸਾਡਾ ਹੀ ਮਹਿਕਮਾ ਤੇ ਮੈਂ ਬਹੁਤ ਪਿਆਰ ਨਾਲ ਸਤਿਕਾਰ ਨਾਲ ਇਹ ਛਾਜਲੀ ਵਾਲੇ ਸਰਦਾਰਾਂ ਜੱਥੇ ਦਾ ਧੰਨਵਾਦ ਕਰਦਾ ਤੇ ਬੀਬੀਆਂ ਨੂੰ ਬੀਬੀਆਂ ਬਹੁਤ ਗਿਣਤੀ 'ਚ ਆ ਰਹੀਆਂ ਮੈਂ ਸਪੀਕਰ 'ਚ ਵੀ ਕਿਹਾ ਸੀ ਕਿ ਜਿੰਨਾ ਗਾਉਣ ਹੋਊਗਾ ਉਹ ਧੀਆਂ ਭੈਣਾਂ ਇਕੱਠੀਆਂ ਸੁਣ ਸਕਦੀਆਂ ਤੇ ਇੱਧਰ ਆ ਕੇ ਉੱਪਰ ਦੀ ਇੱਥੋਂ ਪਿੱਛੋਂ ਹੀ ਕਹਿ ਦਿਆ ਕਰੋ ਇਹਦੀ ਆ ਜਾਣ ਬੀਬੀਆਂ ਵਾਸਤੇ ਤੇਰੇ ਕੁਰਸੀਆਂ ਚੰਗਾ ਹਾਂਜੀ ਇਹ ਰਾਮੂਵਾਲਾ ਸਾਹਿਬ ਜਦ ਸਾਡੇ ਕੋਲ ਆਉਂਦੇ ਅਸੀਂ ਇਹਨਾਂ ਨੂੰ ਚੋ ਕੇ ਤੋਰੀ ਦਾ ਨਹੀਂ ਹੁਣ ਉਹਨਾਂ ਨੂੰ ਚੋ ਕੇ ਤੋਰਨਾ ਜ਼ੋਰਦਾਰ ਤਾੜੀਆਂ ਹੋ ਜਾਣ ਇਹ ਇੰਗਲੈਂਡ ਦੇ ਸਾਰੇ ਯੂਰਪ ਦਾ 25 ਮੁਲਕਾਂ ਦਾ ਪ੍ਰਧਾਨ ਹੈ ਗਵਈਆਂ ਦਾ ਇਹ ਜਿਹੜਾ ਬੋਲ ਰਿਹਾ ਢਿੱਲੋਂ ਥੈਂਕ ਯੂ ਜੀ ਥੈਂਕ ਯੂ ਇਹ ਉੱਥੇ ਲੰਡਨ ਕਰਦੇ ਹੁੰਦੇ ਮੇਲਾ ਬੀਬੀਆਂ ਇਹਦੀ ਆ ਜਾਓ ਤੇ ਤੂੰ ਕਰ ਰੁਸ਼ਨਾਈ ਤੇਰਾ ਜ਼ਿਕਰ ਕਰੇਂਦੇ ਤਾਰੇ ਗਲੀਆਂ ਦੇ ਵਿੱਚ ਫਿਰਨ ਨੀ ਮਾਣੇ ਜਿਹੜੇ ਲਾਲਾਂ ਦੇ ਬਣ ਜਾਰੇ ਸਾਰਿਆਂ ਦਾ ਧੰਨਵਾਦ ਹਾਂਜੀ ਬਈ ਇੱਕ ਵਾਰ ਹੋਰ ਜ਼ੋਰਦਾਰ ਤਾੜੀਆਂ ਬਣਾ ਤੇ 7000 ਸਾਰਿਆਂ ਨੂੰ ਦਿੱਤਾ ਜਾਊਗਾ ਇੱਕ ਵਾਰ ਜ਼ੋਰਦਾਰ ਤਾੜੀਆਂ ਗੁਰਮੇਲ ਸਿੰਘ ਪੰਧੇਰ ਉਹਨਾਂ ਲਈ ਜ਼ੋਰਦਾਰ ਮੈਂ ਗੁਰਮੇਲ ਸਿੰਘ ਪੰਧੇਰ ਦੇ ਜੱਥੇ ਨੂੰ ਸਟੇਜ ਉੱਤੇ ਚਰਨ ਪਾਉਣ ਬਹੁਤ ਸਾਡੇ ਦਿਲ 'ਚ ਇਹਨਾਂ ਲੋਕਾਂ ਦੀ ਇੱਜ਼ਤ ਹੈ ਬਹੁਤ ਇੱਜ਼ਤ ਹੈ ਔਰ ਖਰਾ ਸੋਨਾ ਤੇ ਕੋਰਾ ਦੁੱਧ ਹੈ ਇਹ ਜਿਹੜੀ ਗਾਇਕੀ ਹੈ ਮੈਂ ਸਵਾਗਤ ਕਰਦਾ ਇਹਨਾਂ ਨੇ ਰਾਮੂਵਾਲਾ ਸਾਹਿਬ ਇਹ ਵੀ ਕੀਤਾ ਜਿਵੇਂ ਕਹਿੰਦੇ ਖਰਾ ਸੋਨਾ ਕੋਰਾ ਦੁੱਧ ਔਰ ਉੱਧਰ ਜਿਹੜਾ ਨਾਜਰ ਸਿੰਘ ਆ ਇਹਨਾਂ ਦਾ ਬੇਟਾ ਉਹ ਜਿਵੇਂ ਕਹਿੰਦੇ ਨਾ ਨਹੀਂ ਉਹ ਨਹੀਂ ਕਹਿੰਦੇ ਹੁੰਦੇ ਆ ਨਾ ਭਈ ਦੁੱਧ ਚੰਗਾ ਚਾਟੀ ਚੰਗੀ ਜਾਗ ਚੰਗੇ ਘਰੋਂ ਲੈ ਕੇ ਲਾਇਆ ਤੇ ਲੱਸੀ ਖੱਟੀ ਨਿਕਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜ਼ੋਰਦਾਰ ਤਾੜੀਆਂ ਇਹਨਾਂ ਦੋਹਾਂ ਜਥਿਆਂ ਲਈ ਆਓ ਜੀ ਪਿਆਰੇ ਵੀਰੋ ਬੱਚਿਓ ਸਭ ਤੋਂ ਪਹਿਲੀ ਤਾਂ ਬੇਨਤੀ ਹੈ ਅਸਲ ਤਾਂ ਅਮਰ ਜੀ ਆਵਾਜ਼ ਠੀਕ ਕਰਦੇ ਹੋਏ ਬੱਚੇ ਤਾਂ ਇੱਕੋ ਹੀ ਮੈਂ ਸਾਹਿਬ ਥੱਲੇ ਮੈਂ ਕਹੂੰਗਾ ਕੀ ਸਿਰਫ ਇੰਨੀ ਉਹ ਗੱਲ ਹੈ ਵੀ ਸੰਗਤ ਨੂੰ ਸੁਣਦੇ ਮੈਂ ਕਹਿੰਦਾ ਕੀ ਹਾਂ ਗੁਰੂ ਸਾਹਿਬ ਸੰਗਤ ਜੀ ਸਭ ਤੋਂ ਪਹਿਲੀ ਤਾਂ ਬੇਨਤੀ ਮਾੜਾ ਚੁੱਕ ਦੋ ਸਭ ਤੋਂ ਪਹਿਲੀ ਬੇਨਤੀ ਤਾਂ ਸਰਦਾਰ ਕਰਨੈਲ ਸਿੰਘ ਦੀ ਗੱਲ ਕਰੀਏ ਅਤੇ ਉਹਨਾਂ ਨੂੰ ਯਾਦ ਕਰਦੇ ਹੋਏ ਤਕਰੀਬਨ 8-9 ਵਾਰ ਮੇਰੀ ਮੁਲਾਕਾਤ ਉਹਨਾਂ ਨਾਲ ਹੋਈ ਸੀ ਮੇਰਾ ਸੁਭਾਅ ਹੀ ਆਪ ਤੋਂ ਬੜਿਆਂ ਨੂੰ ਮੱਥਾ ਟੇਕਣਾ ਮੈਂ 13 ਸਾਲ ਦਾ ਆਗੂ ਅੱਛਾ ਸਾਡੇ ਗੁਰਦੇਵ ਸਿੰਘ ਦੌਲ ਸਾਹਿਬ ਕੋਟ ਵਰਤਨ ਬਹੁਤ ਬਹੁਤ ਮਿਹਰਬਾਨੀ ਹੈ ਮੇਰੇ ਇੱਕ ਮਿੰਟ ਸੀਟ ਛੱਡ ਦਿੰਦੇ ਆ ਬਈ ਸ਼ਾਬਾਸ਼ ਜਿਹੜੇ ਬੀਬੀਆਂ ਆਈਆਂ ਤੋਂ ਸੀਟ ਛੱਡਦੇ ਆ
ਤੇ ਪ੍ਰਮਾਤਮਾ ਕਹਿੰਦਾ ਜਿਹੜੀ ਇੱਥੇ ਛੱਡੀ ਵੀ ਸੀਟ ਹੈ ਗਾਹ ਜਾ ਕੇ ਤੁਹਾਨੂੰ ਰਾਜ ਦੀ ਸੀਟ ਮਿਲੇ। ਹਾਂ ਹੁਣ ਬੋਲੋ ਜੋਤਾਰ ਗੁਰਵੀਰ ਸਿੰਘ ਜੀ ਧੌਲਾ ਸਾਹਿਬ, ਗੰਗਦੀਪ ਸਿੰਘ ਜੀ ਧੌਲਾ ਸਾਹਿਬ, ਹਾਂਜੀ ਰਾਮ ਸਿੰਘ ਜੀ ਧੌਲਾ ਸਾਹਿਬ, ਇਹਨਾਂ ਵੀਰਾਂ ਧੰਨਵਾਦ ਹੈ। ਜਿਹਨੂੰ ਅਸਲੀ ਹੀਰ ਕਹਿੰਦੇ ਨੇ ਜੋੜੇ ਦੀ ਕਲੀ, ਆਹ ਜਿਹੜੀ ਆਮ ਲੱਗਦੀ ਹੈ, ਮੈਂ ਤੁਹਾਡੇ ਚਰਨ 'ਚੋਂ ਇੱਕ ਕਲੀ ਪੇਸ਼ ਕਰਨ ਲੱਗਿਆ। ਜਿਹਨੂੰ ਗਾਉਣ ਕਹਿੰਦੇ ਨੇ ਪੰਜਾਬ ਦੇ ਲੋਕ, ਬਈ ਉਹ ਕਿਹੜਾ ਗਾਉਣ ਹੈ, ਉਹ ਕਿਹੜੀ ਹੀਰ ਹੈ, ਕਦੋਂ ਦੀ ਕਲੀ ਹੈ ਜੀ? ਕਹਿੰਦੇ ਇੱਕ ਵਾਰੀ ਰਾਂਝਾ ਕਹਿੰਦੇ ਝੱਲ 'ਚ ਰਹਿ ਗਿਆ, ਝੱਲ 'ਚ ਹੀਰ ਟੋਲਣੇ ਚਲੀ ਗਈ ਪਰ ਨਹੀਂ ਮਿਲਿਆ। ਫਿਰਦਿਆਂ ਫਿਰਦਿਆਂ ਸਾਰੀ ਰਾਤ ਗੁਜ਼ਰ ਗਈ, ਆਖਿਰ ਉਹ ਜੰਡ ਦੇ ਨੇੜੇ ਗਈ ਜਿਹਦੇ ਵਿੱਚ ਰਾਂਝਾ ਲੁਕਿਆ ਸੀ। ਉਹ 'ਚੋਂ ਇੱਕ ਆਵਾਜ਼ ਆਈ, ਹੀਰ ਦੇ ਕੱਪੜੇ ਫਟ ਗਏ ਸੀ, ਬੜਾ ਗਾਉਣਾ ਉਰੇ, ਅਤੇ ਆਵਾਜ਼ ਆਈ ਕਿਹਾ ਹੀਰ ਹੀਰ। ਹੀਰ ਨੇ ਚਾਰ ਚਪੇਰਾ ਦੇਖਿਆ, ਕੁਛ ਨਹੀਂ ਦਿਖਿਆ। ਫਿਰ ਆਵਾਜ਼ ਆਈ ਕਿਹਾ ਹੀਰ, ਹੀਰ ਨੇ ਦੇਖਿਆ ਨਹੀਂ ਮਿਲਿਆ। ਆਵਾਜ਼ ਆਈ ਕਹਿੰਦਾ ਮੈਂ ਬੋਲਦਾ ਜੰਡ, ਮੈਂ ਜੰਡੋਰਾ ਬੋਲਦਾ, ਮੈਂ ਬੋਲਦਾ, ਉਹ ਜਿਹੜੇ ਰਾਂਝੇ ਨੂੰ ਤੂੰ ਭਾਲਦੀ ਹੈ ਉਹਦਾ ਕੱਲ੍ਹ ਝਲਾਂ 'ਚ ਡੁੱਬ ਕੇ ਮਰ ਗਿਆ। ਇੱਥੇ ਕੱਲੀ ਹੈ ਜੀ, ਉਹ ਕੱਲ੍ਹ ਝਲਾਂ 'ਚ ਡੁੱਬ ਗਿਆ, ਉਹਦੀ ਲਾਸ਼ ਪੰਜਾਂ ਪੀਰਾਂ ਨੇ ਫੜ ਕੇ ਉਹ ਦੱਬ ਵੀ ਦਿੱਤੀ। ਦੇ ਮਕਾਨ ਪਰੀਆਂ ਰੂਹ ਲੈ ਗਈਆਂ ਪਿਸ਼ਤਾਂ ਨੂੰ, ਵਕਤ ਬਿਆਣੇ ਤੋਂ ਕਈਆਂ ਚਾਂਗਾਂ ਮਾਰੀਆਂ। ਮੈਂ ਸਰਦਾਰ ਜੰਡੋਰਾ ਸਾਰੇ ਸੁੱਕਰ ਝੱਲ ਦਾ, ਮਾਫ ਕਰਨਾ। ਹੀਰ ਨੂੰ ਕਾਫੀ ਸ਼ਬਦ ਕਹੇ, ਹੀਰ ਕਹਿੰਦੀ ਸੋਚ ਲਾ ਮੈਂ ਕੌਣ ਆ। ਹੀਰ ਰੋ ਕੇ ਕਹਿੰਦੀ ਸੁਣੀ ਜੰਡੋਰਿਆ ਵਾਰ ਦਿਆ, ਆਹ ਕਿੱਕਣ ਕਰ ਲਾ ਤੇਰਾ ਝੂਠੇ ਦਾ ਅਤਵਾਰ ਵੇ, ਵਿੱਚ ਤਾਂ ਕਲਯੁੱਗ ਦੇ ਬਿਰਛ ਕਦੇ ਨਹੀਂ ਬੋਲਦੇ, ਤੇਰੇ ਵਿੱਚ ਤਾਂ ਕੋਈ ਬੋਲੇ ਭੂਤ ਸਰਾਲ ਵੇ, ਕਰ ਕਰ ਗੱਲਾਂ ਮੇਰਾ ਸਿਦਕ ਡਲਾਉਣਾ ਹੀਰ ਦਾ, ਤੈਨੂੰ ਪੈ ਜਾ ਕਿਧਰੋਂ ਕਹਿਰ ਦਾ ਨਿਘਾਰ ਵੇ, ਜਿੱਦੇ ਐਂ ਹੋ ਗਈ ਚੰਦ ਸੂਰਜ ਹੋਕਾ ਦੇਣਗੇ, ਜਿਉਂਦੀ ਮਰ ਜੂਗੀ ਮੈਂ ਛਾਤੀ ਗੱਡ ਕਟਾਰ ਵੇ, ਫਿਰ ਜੇ ਹਾਂ ਮਾਰਾਂ ਹੋਸ਼ ਕਰ ਲਾ ਕਿਹਦੇ ਨਾਲ ਗੱਲ ਕਰਦੇ, ਜੇ ਹਾਂ ਮਾਰਾਂ ਹੁਣੇ ਛਕਾ ਦਾ ਖੜੇ ਨੂੰ, ਫਿਰ ਅਗਨੀ ਲਾ ਦੂ ਪੰਜਾਂ ਪੀਰਾਂ ਨੂੰ ਚਿਤਾਰ ਵੇ, ਤੂੰ ਦੇਖ ਲਾ। ਆਹ ਪਰ ਮਾਫ ਕਰਨ ਸਿੰਘ ਜੀ ਕਲੀ ਕਹਿਣ ਲੱਗੇ ਹਾਂ, ਜਦੋਂ ਰਾਂਝਾ ਜਾਣ ਗਿਆ ਕਹਿੰਦਾ ਕਿਤੇ ਮਰੀ ਨਾ ਜਾਵੇ, ਸਾਰੀ ਰਾਤ ਦੀ ਤੁਰੀ ਫਿਰਦੀ ਹੈ, ਕੱਪੜੇ ਪਾਟ ਗਏ, ਬੁਰਾ ਹਾਲ ਹੋ ਗਿਆ, ਬਾਹਰ ਨਿਕਲਿਆ ਅਤੇ ਰਾਂਝਾ ਅਤੇ ਹੀਰ ਦੀ ਮੁਲਾਕਾਤ, ਉੱਧਰ ਦਿਨ ਵੀ ਚੜ੍ਹ ਚੱਲਿਆ, ਕਹਿੰਦੇ ਹੀਰ ਤਾਂ ਆਈ ਨਹੀਂ, ਘਰਦਿਆਂ ਨੇ ਭਾਲੀ, ਉਹ ਸਮੇਂ ਦੇ ਲੈਣਾ ਬੰਧੇਰਾ ਤੋਂ ਥੋੜ੍ਹਾ ਤੋੜੀ ਜਾਂਦੇ ਜੀ। ਚੋਰੀ ਚੋਰੀ
ਚੁੱਲੀਆ ਫਿਰਦੀ ਓਏ ਪਾਲਦੀ ਜਦਾ ਕੁੜੀਆਂ ਦੇ ਫਿਰ ਹੀਰ ਨਜ਼ਰ ਨਵੇਂ ਆਈ ਜਦਾ ਛਾਲਾ ਦੇ ਹਰ ਜੱਲਾ ਮੱਚਿਆ ਵੇ ਹੀਰ ਦਾ ਆਜੀ ਕੁੜੀ ਕੁਮਾਰੀ ਗਿਆ ਓਏ ਅੱਜ ਚਰਾਈ ਸਿਆਣੇ ਕਹਿੰਦੇ ਤਾਂ ਫਿਰ ਹੋਊਗੀ ਵਿੱਚ ਤਰੰਜਣਾ ਦੇ ਸੰਗਤੇ ਸਾਰੇ ਬੋਲਣ ਤੁਰ ਪਏ ਉਹ ਚੂਚਕ ਦਿਨ ਪਾਈ ਸਤਨਾਮ ਸ੍ਰੀ ਮੈਨੂੰ ਤੁਹਾਨੂੰ ਪਤਾ ਅਜੇ 28-29 ਦਿਨ ਹੋ ਗਏ ਨੇ ਮੈਂ ਭਗਦਾ ਹੀ ਭਗਦਾ ਪਰ ਸਰਦਾਰ ਜੀ ਕਹਿੰਦੇ ਮਿਰਜ਼ੇ ਦੀ ਗੱਲ ਕਰ ਦਿਓ ਲਓ ਮਿਰਜ਼ਾ ਕਹਿਣ ਲੱਗਿਆ ਜੀ ਮਿਰਜ਼ਾ ਮੈਨੂੰ ਜੜ ਤੋਂ ਅੱਖ ਤੱਕ ਵੀ ਆਉਂਦਾ ਪਰ ਉਸ ਮੋੜ ਤੋਂ ਕਹਿਣ ਲੱਗਿਆ ਮਿਰਜ਼ਾ ਕਹਿੰਦੇ ਜਦੋਂ ਜੰਡ ਦੇ ਥੱਲੇ ਪੈ ਗਿਆ ਸੀ ਮਿਰਜ਼ੇ ਨੂੰ ਘੇਰਾ ਅਤੇ ਆਮ ਲੋਕ ਕਹਿੰਦੇ ਨੇ ਸਾਡੇ ਪੰਜਾਬ ਦੇ ਬਈ ਸਾਹਿਬਾਂ ਨੇ ਉਹ ਕਾਨੀਆਂ ਤੋੜਤੀਆਂ ਜੀ ਸਾਹਿਬਾਂ ਨੇ ਕਾਨੀਆਂ ਤੋੜਤੀਆਂ ਜੀ ਪਰ ਸੰਗਤ ਜੀ ਐਂ ਕਹਿਣ ਵਾਲਾ ਕੋਈ ਨਹੀਂ ਮਿਲਿਆ ਵੀ ਸਾਹਿਬਾਂ ਨੇ ਕਾਨੀਆਂ ਜੋੜਤੀਆਂ ਜੀ ਅੱਲਾ ਭੱਲਾ ਤੱਕੋ ਦਾ ਧਿਆਨ ਨਾਲ ਕਹਿੰਦੇ ਨੇ ਲੋਕ ਕਹਿੰਦੇ ਸਾਹਿਬਾਂ ਨੇ ਕਾਨੀਆਂ ਤੋੜਤੀਆਂ ਤੀਆਂ ਪਰ ਜੋੜਤੀਆਂ ਕਿਵੇਂ ਜੀ ਜਦੋਂ ਕਾਨੀਆਂ ਤੋੜ ਕੇ ਸ਼ਮੀਰ ਫੌਜ 'ਚ ਰਲ ਗਿਆ ਤਾਂ ਸਾਹਿਬਾਂ ਨੇ ਮਿਰਜ਼ੇ ਨੂੰ ਇਹ ਹਲੂਣਤਾ ਲੋਕ ਮਾਰਨੇ ਨਹੀਂ ਚਾਹੁੰਦਾ ਸੀ
ਪਰ ਇਹਨਾਂ ਦੀ ਤਕਦੀਰ ਸਾਥ ਨਹੀਂ ਦਿੰਦੀ। ਆ ਫੜਾਈਦਾ ਜਰਾ ਕਾਨੀ। ਗੁਰਸਿੰਘ ਜੀ ਜਦੋਂ ਕਾਨੀ ਦੀ ਗੱਲ ਕਰੀ ਸਹਿਬਾਂ ਚੁੱਪ ਜੇ ਹੋ ਗਈ। ਸਹਿਬਾਂ ਜਰਾ ਕਾਨੀ ਫੜਾ ਤਾਂ ਬੋਲੀ ਨਹੀਂ ਸਹਿਬਾਂ। ਆਹ ਜਦੋਂ ਮਿਰਜ਼ੇ ਨੇ ਐਂ ਨਜ਼ਰ ਮਾਰੀ ਉਹ ਕਾਨੀਆਂ ਦੀ ਟੁੱਟ ਕੇ ਢੇਰੀ ਲੱਗੀ ਹੋਈ ਸੀ। ਸਹਿਬਾਂ ਉਹ ਕਾਨੀਆਂ ਕੌਣ ਤੋੜ ਗਿਆ? ਅਤੇ ਹੁਣ ਮੈਂ ਬੇਨਤੀ ਕਰੂੰ ਵੀ ਇੱਕ ਕੁਰਬਾਨੀ ਕਰੋ। ਜਦੋਂ ਬੀਬੀਆਂ ਆ ਜਾਣ ਉਹਨਾਂ ਚਿਰ ਤਾਂ ਕੁਰਸੀ ਦੇ ਉੱਤੇ ਪੂਰਾ ਭਾਰ ਦਿਓ। ਜਦੋਂ ਬੀਬੀਆਂ ਆ ਜਾਣ ਫਿਰ ਆਪੇ ਇੱਧਰਲਿਆਂ ਨੂੰ ਕੁਰਬਾਨੀ ਕਰਨੀ ਪੈਣੀ ਹੈ। ਇੱਧਰਲੇ ਤਾਂ ਜਿਹੜੇ ਹੈ ਇਹ ਤਾਂ ਸਾਡੇ ਨਾਲ ਦੇ ਹੈ, ਇਹ ਤਾਂ ਸ਼ਰਮ ਸ਼ੁਰਮ ਮੰਨਦੇ ਨਹੀਂ ਸਾਡੇ ਨਾਲ ਦੇ, ਅਸੀਂ ਵੀ ਨਹੀਂ ਮੰਨਦੇ। ਪਰ ਤੁਹਾਨੂੰ ਤਾਂ ਹੈ ਵੀ ਧੀਆਂ ਧਿਆਣੀਆਂ ਆਈਆਂ, ਉਦੋਂ ਕੁਰਸੀ ਛੱਡ ਦਿਆ ਕਰੋ, ਉਦੋਂ ਨੂੰ ਮੋਗਿਓ ਆ ਜਾਣਗੀਆਂ, ਆਰਡਰ ਦੇ ਤਾ। ਪਰ ਇਹਨੂੰ ਢਾਈਆ ਕਹਿੰਦੇ ਨੇ ਲੋਕ, ਸਾਡੇ ਪੰਜਾਬ ਦੇ ਲੋਕ ਕਹਿੰਦੇ ਨੇ ਢਾਈਆ 'ਚ ਇਕੱਲੀ ਲੱਗਦੀ ਹੈ। ਮੈਂ ਢਾਈਏ 'ਚ ਇੱਕ ਗਲੀ ਮਿਰਜ਼ੇ ਦੀ ਤੁਹਾਡੇ ਚਰਨ 'ਚ ਪੇਸ਼ ਕਰਾਂ। ਆਹ ਸਾਡੇ ਸਰਦਾਰ ਜੀ ਬੜੇ ਪਿਆਰ ਸਰਕਾਰ ਦੇ ਗਏ ਨੇ, ਪਰ ਤੱਕੋ ਸਾਡੇ ਕੋਲੋਂ ਮਿਰਜ਼ੇ ਦੀ ਢਾਈਏ 'ਚ ਇਕੱਲੀ ਕਦੋਂ? ਕਹਿੰਦੇ ਜਦੋਂ ਐਂ ਸਹਿਬਾਂ ਉਹ ਖੜੇ ਨੇ ਤੇਰੇ ਵੀਰ ਉਹਨਾਂ ਨਾਲ ਰਲ ਜਾ, ਸਹਿਬਾਂ ਪਰੇ ਨਾ ਹੋਈ, ਜੱਟ ਨੇ ਘੂਰਤੀ। ਜਦੋਂ ਘੂਰੇ ਤੋਂ ਪਰੇ ਹੋਈ ਇਹ ਇਕੱਲੀ ਨੂੰ ਸਾਰੀ ਦੁਨੀਆ ਜਾਣਦੀ ਹੈ। ਜਦੋਂ ਝਿੜਕਾਂ ਦਿੱਤੀਆਂ ਯਾਰ ਨੇ ਫਿਰ ਦੂਰ ਖੜੋਤੀ ਜਾ, ਫੜ ਕੇ ਉਹ ਜੰਡ ਦੀਆਂ ਕੁੰਬਲਾਂ ਫਿਰ ਮਾਰਦੀ ਧਾ ਤੇ ਧਾ। ਕਹਿੰਦੀ ਜੇ ਹੈ ਕਾਦਰ ਸੱਚ ਦਾ ਕਿਹੜਾ ਟੁੱਟੇ ਤੀਰ ਬਣਾ, ਰੋਂਦੀ ਪਿੜਦੀ ਸਹਿਬਾ। ਆ ਸੁਣ ਕੇ ਵਿੱਚ ਦਰਗਾਹ ਉੱਥੋਂ ਨਾਰਦ ਤੁਰ ਪਿਆ, ਆ ਗਿਆ ਜੱਟ ਦੇ ਦਾ। ਆ ਜਦੋਂ ਜੰਡ ਕੋਲ ਆ ਸਾਹਿਬ ਨੇ ਦੇਖਿਆ ਨਾਰਦ, ਸਾਹਿਬਾਂ ਕਹਿੰਦੀ ਨਾਰਦ ਮੈਂ ਰੱਬ ਤੋਂ ਕਦੇ ਕੁਛ ਨਹੀਂ ਮੰਗਿਆ, ਫਿਰ ਅੱਜ ਮੰਗਣ ਲੱਗੀ ਹਾਂ, ਮੇਰੇ ਮਾਲਕ ਨੂੰ ਸੁਨੇਹਾ ਲਾ ਦੇ ਆ ਟੁੱਟੀਆਂ ਵੇ ਕਾਨੀਆਂ ਸਾਫ ਦੀਆਂ। ਮੈਂ ਸਰਪੰਚ ਕਿੱਥੇ? ਮੈਂ ਬਹੁਤ ਧੰਨਵਾਦੀ ਹਾਂ, ਮੇਰਾ ਚਿੱਤ ਨਹੀਂ ਕਰਦਾ ਮੈਂ ਇੱਕ ਮਿੰਟ ਵੀ ਵਿੱਚ ਬੋਲਾਂ, ਕਿਉਂਕਿ ਤੁਹਾਡਾ ਟਾਈਮ ਜ਼ਰੂਰੀ ਹੈ। 1 ਵਜੇ ਮਿਨਿਸਟਰ ਸਾਹਿਬ ਨੇ ਆਉਣਾ ਮੇਰਾ ਖਿਆਲ, 1 ਵਜੇ ਕਿਹਾ ਸੀ, ਲੇਟ ਵੀ ਹੋ ਜਾਂਦੇ ਹੁੰਦੇ ਆ। ਮੇਰਾ ਤੁਹਾਡੇ ਨਾਲ ਵਾਅਦਾ ਜਿੰਨਾ ਕੁ ਜਾਗ ਲਾਈਦਾ ਨਾ ਉਨਾ ਕੀ ਉਹਨਾਂ ਨੂੰ ਟਾਈਮ ਦੇਣਾ, ਬਾਕੀ ਆਪਣਾ। ਅਤੇ ਹੁਣ ਮੈਂ ਕਿੱਥੇ ਆ ਲਓ ਜੀ, ਅਸੀਂ 7000 ਰੁਪਈਆ ਇਹਨਾਂ ਨੂੰ ਦੇਣ ਲੱਗੇ ਹਾਂ, ਉਹਨਾਂ ਨੂੰ ਵੀ 7000 ਦਿੱਤਾ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਲੋ ਕਹਿੰਦੇ ਟਾਈਮ ਬੜਾ ਲੋੜੀਦਾ। ਸਾਹਿਬ ਨੇ ਆਉਣਾ ਹੁਣੇ ਹੀ, ਅਤੇ ਫਿਰ ਉਹ ਤੋਂ ਬਾਅਦ ਮਿਨਿਸਟਰ ਨੇ ਕੋਈ ਇੱਕ ਦੋ ਕੋ ਨਾ ਹੋਵੇ ਉਹ ਆ ਜਾਣ ਤਾਂ ਆਪਾਂ ਨੂੰ ਪਤਾ ਹੀ ਨਾ ਲੱਗੇ। ਬੂਟਿਆ ਸਰ ਕੋਈ ਧਿਆਨ ਧੂਨ ਰੱਖੋ ਇੱਕ ਬੰਦਾ, ਉਹ ਤੋਂ ਬਾਅਦ ਹੋ ਗਿਆ ਕੰਮ ਤੱਕ ਦੀਰ ਦਾ
ਬਖਸ਼ਲੀ ਬਖਸ਼ਲੀ ਪਰਮਾ ਨੇ ਬਰਸੀ ਬਖਸ਼ਲੀ ਤੂਫਾਨ ਲਈ ਐ ਚੱਕ ਮਾਰੂ ਹਨੂ ਏ ਮਾਨ ਦੇ ਜਥੇਦਾਰ ਕਰਤਾਰ ਸਿੰਘ ਸਨੇਰ 500 ਰੁਪਈਆ ਜਥੇਦਾਰ ਵੀਰ ਸਿੰਘ ਸਨੇਰ 500 ਰੁਪਈਆ ਸਰਦਾਰ ਪਿੱਪਲ ਸਿੰਘ ਸ਼ੇਰੇ ਵਾਲਾ 500 ਰੁਪਈਆ ਇਹਨਾਂ ਨੂੰ ਇਨਾਮ ਦਿੰਦੇ ਇਹ ਸਾਡੇ ਸਰਦਾਰ ਜੀ ਮਾਨ ਸਤਿਕਾਰ ਦਿੰਦੇ ਨਹੀਂ ਸਰਦਾਰ ਜੀ ਨੂੰ ਜੀ ਉਹ ਦਾਤੇ ਕਲੰਕੀ ਧਰ ਪਾਸਾ ਜਾਇਆ ਕਰੇ ਸਾਡੇ ਕੁਲਵਿੰਦਰ ਜੀ ਢਿੱਲੋਂ ਸਾਹਿਬ ਨੇ ਬਹੁਤ ਪਿਆਰ ਦੇ ਨਾਲ ਤੁਹਾਡੇ ਦਰਸ਼ਨ ਕਰਾਏ ਮੈਂ ਬਾਈ ਨੂੰ ਮਿਲਣਾ ਤਾਂ ਬਹੁਤ ਵਾਰੀ ਦਾ ਚਾਹੁੰਦਾ ਸੀ ਪਰ ਮੇਰੇ ਕੋਲ ਟਾਈਮ ਤੁਹਾਨੂੰ ਪਤਾ ਹੀ ਹੈ ਜੀ ਮੇਰਾ ਵੀ ਗਰੀਬ ਦਾ ਟਾਈਮ ਲੋਹੜੀ ਦੇ ਨਿਕਲਦਾ ਪਰ ਸਮਾਂ ਬਣਿਆ ਅੱਜ ਹੋ ਗਏ ਨੇ ਦਰਸ਼ਨ ਧੰਨਵਾਦ ਸਾਡੇ ਮਿੱਤਰ ਕੁਲਦੀਪ ਸਿੰਘ ਮੈਰਿਜ ਪੈਲਸ ਵਾਲੇ ਕੋਟਕਪੂਰੇ ਤੋਂ 100 ਰੁਪਈਆ ਇਹਨਾਂ ਨੂੰ ਜੀਓ ਸਰਦਾਰ ਜੀ ਕਲੰਗੀਧਰ ਪਾਸਾ ਜਾ ਕਰ ਜੀਓ ਇੱਥੇ ਬੂਟੀ ਆ ਵਿੱਚ ਪਹਾੜ ਦੇ ਮੱਚਦੀ ਲੱਟੋ
ਪੱਕੀ ਤੇ ਕਾਠੀਆਂ ਸੇਵਾ ਕੱਚੀਏ ਬੋਲ ਜਬਾਨ ਚੋ ਚੌਸ਼ਾਲਾ ਚੋ ਨੱਠ ਨੀ ਦੀਦਾ ਸੂਰਮਾ ਜਦੇ ਨੂੰ ਲਊਗਾ ਟੱਕ ਲੱਡ ਬਣ ਜਾ ਰੇ ਹੋ ਗਏ ਪਿਪਿਆ ਬੇਮੀਆ ਸਾਸ ਲਿਓ ਜੀ ਧੰਨਵਾਦ ਇੱਕ ਤਾਂ ਮੈਨੂੰ ਵੀ ਰਸ ਆ ਰਿਹਾ ਮੈਂ ਤਾਂ 40 ਸਾਲ ਹੀ ਢਾਡੀਆਂ ਦੇ ਬਰਾਬਰ ਖੜਾ ਹੋਇਆ ਅੱਛਾ 2100 ਰੁਪਈਆ ਸਾਨੂੰ ਵੀ ਮਿਲ ਗਿਆ ਕਾਸ ਨੂੰ ਆ ਟੂਰਨਾਮੈਂਟ ਵਾਲੇ ਸੋਰੀ ਖੇਡ ਮੇਲੇ ਵਾਲੇ ਜੱਥੇ ਨੂੰ 2100 ਰੁਪਈਆ ਮਿਲ ਗਿਆ ਲੈ ਕਿੱਥੇ ਆ ਮੰਡੀ ਇਹ ਰੁਪਈਆ 22 ਆਸਾ ਸਹੁਰਾ ਨੇ ਭੇਜਿਆ 22 ਆਸਾ ਸਿਓ ਮੇਰੇ ਖਿਆਲ ਤਾਇਆ ਕੇਰ ਸੋ ਕੇ ਟੱਬਰ ਚੋ ਕਿ ਨਹੀਂ ਤਾਇਆ ਕੇਰ ਸੋ ਕੇ ਟੱਬਰ ਚੋ ਆਸਾ ਸੋ ਕਲਕੱਤੇ ਵਾਲੇ ਅਤੇ ਮੈਨੂੰ ਤਾਂ ਚੇਤਾ ਸ਼ਾਇਦ ਆਸਾ ਸੋ ਦੇ ਵਿਆਹ 'ਤੇ ਮੈਂ ਤਾਂ ਅਖਬਾਰ ਛਪਾਲ ਸੀ ਨਿੱਕੇ ਨਿੱਕੇ ਅਸੀਂ ਉਦੋਂ ਗਾਉਣ ਗਏ ਸੀ ਹੁਣ ਇੱਕ ਤਰੀਕਾ ਮੈਂ ਕੱਢਿਆ ਜੇ ਬੁਰਾ ਨਾ ਮਨਾਓ ਬੰਦੇ ਕੁਰਸੀਆਂ ਛੱਡ ਕੇ ਆ ਜਮਾਂ ਛੰਨੀ ਵਾਂਗੂ ਮਾਂਜੀ ਵੀ ਦਰੀ ਆ ਇੱਥੇ ਆ ਕੇ ਬਹਿ ਜਾਈਏ ਮੂਹਰੇ ਆ ਜਾਈਏ ਹੁਣ ਹੋਰ ਬਾਹ ਨਹੀਂ ਚੱਲਦੀ ਅਤੇ ਕੁੜੀਆਂ ਨੂੰ ਕੁਰਸੀ ਛੱਡਣੀ ਪੈਣੀ ਹੈ ਅਤੇ ਜਾਂ ਫਿਰ ਉਹ ਸਾਹਮਣੇ ਸਟੇਡੀਅਮ 'ਤੇ ਅੱਜ ਰਸਤਾ ਇੱਥੇ ਬਾਹਲਾ ਜੇ ਸਾਹਮਣੇ ਆ ਕੇ ਬਹਿ ਜਾਓ 100 ਰੁਪਈਆ ਉਹ ਆਪਣੇ ਰਿਸ਼ਤੇਦਾਰ ਹੈ ਕੀ ਨਾਂ ਭੁੱਲ ਗਿਆ ਬਾਈ ਝੱਖੜੇ ਨੇ ਪੁੱਛੀ ਯਾਰ ਸਕੀਰੀ ਆਪਣੀ ਅੱਛਾ ਇੱਕ ਮੇਰੀ ਝੇਪ 'ਚ ਨਾ ਹਾਂਜੀ ਲੈ ਜਿਵੇਂ ਕਹਿੰਦੇ ਨਾ ਹਨੂੰਮਾਨ ਹੀ ਹਨੂੰਮਾਨ ਨੇ ਪਹਾੜ ਲਿਆਂਦਾ ਮੈਂ ਕੁੜੀਓ ਤੁਹਾਡੇ ਵਾਸਤੇ ਕੁਰਸੀਆਂ ਦਾ ਪਹਾੜ ਲਿਆ ਤਾ ਤਰੀਕਾ ਨਿੱਕਾ ਜਿਹਾ ਹੀ ਹੈ ਇੱਕ ਲਾਲਾ ਅਮਰੀਸ਼ ਜੀ ਕੋਟਕਪੂਰੇ ਤੋਂ ਅਤੇ ਕੇਵਲ ਸੋਰੀ ਝੱਖੜ ਵਾਲੀ ਹੈ ਸਰਦਾਰ ਸਕੀਰੀ ਆਪਣੀ ਹੈ ਰਾਮੂ ਵਾਲੇ ਸਕੀਰੀਆਂ ਕਿਤੇ ਵੀ ਹੋਣ ਉਹ ਮੈਂ ਕੱਢ ਹੀ ਲੈਂਦੇ ਹੁੰਦੇ ਅਸੀਂ ਮੈਂ ਤਾਂ ਵਜ਼ੀਰ ਹੁੰਦਾ ਵੀ ਕੱਢ ਲੈਂਦਾ ਸੀ ਅਮਰੀਕ ਸੋ ਹੋ ਗਿਆ 100 ਸੁਰਜੀਤ ਸੋ ਲੁਹਾਰਾ 100 ਰੁਪਈਆ ਸੁਰਜੀਤ ਸੋ ਲੁਹਾਰਾ ਦਿੰਦੇ ਹੈ ਆਹ ਤੁਹਾਡਾ 2100 ਹੈ ਅਤੇ ਇਹ 100 ਆਹ 100 ਕਿਹਦਾ ਸੀ ਮਗਰੋਂ ਜਿਉਂ ਚਲ ਜਿਹਦਾ ਵੀ ਹੋਇਆ ਗੁਪਤਦਾਨ ਹੁਣ 2 ਲਾ ਲਈਏ ਅਤੇ 2 ਹੀ ਤੁਹਾਡੀਆਂ 2-2 ਐਂ ਲਾਈ ਜਾਣੀਆਂ 2:30 ਵਜੇ ਇੱਕ ਲਾ ਲਓ ਹਰਜੀਤ ਹਰਮਨ 2:30 ਵਜੇ ਦਾ ਉਹਦਾ ਫੋਨ ਆ ਗਿਆ ਅਤੇ ਘੁੱਗੀ 3 ਵਜੇ ਅਤੇ ਗਿੱਲ ਉਦੋਂ ਮਗਰੋਂ 3:30 ਵਜੇ ਉਹ ਆਈ ਜਾਣਗੇ ਅਤੇ ਮੰਡੀ ਕਾਲੀ ਕਰਾ ਕੁਰਸੀਆਂ ਨੂੰ ਜਾ ਕੁੜੀਆਂ ਸਾਡੀਆਂ ਤੁਸੀਂ ਧੀਆਂ ਸਾਡਾ ਸਾਡੀਆਂ ਭੈਣਾਂ ਵੀ ਆ ਛੋਟੀਆਂ ਜੇ ਸਾਡੇ ਵੱਸ ਹੋਵੇ ਤੁਹਾਨੂੰ ਸਿਰ 'ਤੇ ਬਹਾਲੀਏ ਪਰ ਬੰਦਾ ਸਿਰ 'ਤੇ ਬਹਿੰਦਾ ਨਹੀਂ ਕੁਰਸੀ 'ਤੇ ਹੀ ਬਹਿੰਦਾ ਅਤੇ ਕਰੀਏ ਕਿ ਇੱਕ ਜਿਵੇਂ ਇਹਨਾਂ ਨੇ ਕਿਹਾ ਨਾ ਕਾਨੀਆਂ ਸਾਹਿਬਾਂ ਨੇ ਤੋੜੀਆਂ ਨਹੀਂ ਸੀ ਜੋੜੀਆਂ ਸੀ ਔਰ ਗੱਲ ਨਾਲ ਉੱਥੇ ਹੀ ਨਹੀਂ ਮੁੱਕਦੀ ਭਈ ਮਿਰਜ਼ਾ ਮਰ ਗਿਆ ਸਾਹਿਬਾਂ ਉੱਥੇ ਮਰ ਗਈ ਕਟਾਰੀ ਮਾਰ ਕੇ ਇੱਥੇ ਮਿਰਜ਼ਾ ਖਤਮ ਨਹੀਂ ਹੁੰਦਾ ਇਬਰੇ ਨੇ ਸਾਹਿਬਾਂ ਲਿਖੀ ਆ ਉਹਨੇ ਅੱਗੇ ਰਹਿਮੂ ਰਾਹ ਦਾ ਦੱਸਿਆ ਮਿਰਜ਼ੇ ਦੇ ਬਾਬੇ ਨੇ ਉਹਦਾ ਬਦਲਾ ਲਿਆ ਸੀ ਜਾ ਕੇ ਇੱਕ ਵਾਰ ਜ਼ੋਰਦਾਰ ਤਾੜੀਆਂ ਗਰਮੇਲ ਬੰਦੇਰ ਹੋਣਾ ਜੀ ਮੈਂ ਬੇਨਤੀ ਕਰਾਂ ਜੀ ਸਰਦਾਰ ਗੁਰਦੇਵ ਸਿੰਘ ਪ੍ਰੋਫੈਸਰ ਗੁਰਦੇਵ ਸਿੰਘ ਰੇਡੀਓ ਕਿਹੜਾ ਤੁਹਾਡਾ ਹੈਂ ਰੇਡੀਓ ਇੰਡੀਆ ਆਹ ਟੇਪ ਕਰਕੇ ਲੈ ਜਾਓ ਰਾਮੂ ਵਾਲੇ ਦਾ ਉੱਥੇ ਵੀ ਲਾ ਦਿਓ ਵੈਨਕੂਵਰ ਤੋਂ ਸਰਦਾਰ ਗੁਰਦੇਵ ਸਿੰਘ ਦਾ 500 ਰੁਪਈਆ ਪ੍ਰੋਫੈਸਰ ਸਾਹਿਬ ਦਾ ਧੰਨਵਾਦ ਮਾਲਵਾ ਟੀ ਵੀ ਵਾਲਿਆਂ ਨੂੰ ਬੇਨਤੀ ਆ ਕਿ ਇਹ ਫੋਨ ਆਇਆ ਉੱਥੇ ਕੈਨੇਡਾ ਦਾ ਵਿੱਚ ਸਹੀ ਨਹੀਂ ਚੱਲ ਰਿਹਾ ਜੋੜਾ ਪੇਸ਼ ਕਰੂੰਗਾ ਜਿਹਨੂੰ ਮਿਰਜ਼ੇ ਦਾ ਜੋੜਾ ਕਹਿੰਦੇ ਨੇ ਮੇਰੇ ਪਿਆਰੇ ਵੀਰੋ ਗਾਉਣ ਜਿਹਨੂੰ ਕਹਿੰਦੇ ਨੇ ਮੈਂ ਜੋੜਾ ਪੇਸ਼ ਕਰਨ ਲੱਗਿਆ ਆ ਇੱਕ ਵਿਆਹ ਨੇ ਮਿਰਜ਼ੇ ਨੇ ਕਰਿਆ ਤੀ ਨਾਰਦ ਨੂੰ ਜਿਹੜਾ ਹੁਣ ਪੇਸ਼ ਕਰਨ ਲੱਗਿਆ ਉਹ ਨਾਰਦ ਨੇ ਮਿਰਜ਼ੇ ਨੂੰ ਕਿਹਾ ਤੀ ਜੋ ਕੁਛ ਕਿਹਾ ਤੀ ਤੱਕੋ ਪਿਆਰ ਨਾਲ ਚਰਨ ਜੀ ਭਾਈ
ਹੋਣਗੇ ਤੈਨੂੰ ਜੱਟਾਂ ਮਾਰੀ ਨਾ ਲੱਕੜ ਵਾਂਗੂ ਪਾੜੀ ਨਾ ਚਿਖਾ ਉੱਤੇ ਚੜ ਨੈ ਨਾਨੀ ਦੀ ਆ ਦੋ ਦਿਆ ਮਾਸੀ ਦੀ ਆ ਪਣ ਜਿਆ ਭੂਆ ਦੇ ਆ ਭਤੀਜੇ ਆਏ ਜੀਆ ਮੈਂ ਰਾਤ ਦੀ ਗੱਲ ਕਰ ਸਾਥ ਦੀ ਦਾਣੀ ਮੁੰਨੀ ਬਾਪ ਦੀ ਹੋ ਕੇ ਤਾਰੀ ਛੜਕ ਦਾ ਇਹੀ ਕੰਮ ਮੜਕ ਦਾ ਕਾਲ ਜਾਣੀ ਤੜਕ ਦਾ ਗਿੱਲ ਸਾਹਿਬ ਪਧਾਰੇ ਹੈ ਅਸੀਂ ਜਦੋਂ ਡੀ ਸੀ ਸਾਹਿਬ ਸਟੇਜ 'ਤੇ ਆਉਣਗੇ ਇੱਕ ਮਿੰਟ ਲਈ ਉਦੋਂ ਸਾਰਾ ਪੰਡਾਲ ਖੜ੍ਹੇ ਹੋ ਕੇ ਜਦੋਂ ਆ ਗਏ ਹਲੇ ਆ ਰਹੇ ਆ ਇਹ ਉਹ ਵੀ ਆਪਣੇ ਗੋਤੀ ਹੈ ਭਾਈਚਾਰਾ ਅਤੇ ਇਹਨਾਂ ਨੂੰ ਵੀ ਖੁਸ਼ੀ ਹੋਊਗੀ ਵੀ ਗਿੱਲਾਂ ਦੀਆਂ ਹੀ ਧੀਆਂ ਅਤੇ ਗਿੱਲਾਂ ਦੇ ਪੁੱਤਰ ਤੁਹਾਨੂੰ ਬੁੱਕਲ 'ਚ ਲੈਂਦੇ ਆ ਸਵਾਗਤ ਕਰਦੇ ਸਰਦਾਰ ਸਾਹਿਬ ਸਰਦਾਰ ਗਿੱਲ ਸਾਹਿਬ ਆ ਜੋ ਲਓ ਵੀ ਖੜੇ ਹੋ ਕੇ ਸਵਾਗਤ ਕਰੀਏ ਬੋਲੇ ਸੋਨਿਹਾਲ ਗੱਲ ਬੜੀ ਵਧੀਆ ਮੈਂ ਫੋਨ ਕਰਕੇ ਪੁੱਛਿਆ ਡੀ ਸੀ ਸਾਹਿਬ ਕੌਣ ਹੈ ਕੁਛ ਦੇਰ ਪਹਿਲਾਂ ਦੋ ਚਾਰ ਮਹੀਨੇ ਉਹ ਕਹਿੰਦੇ ਗਿੱਲ ਸਾਹਿਬ ਹੈ ਅਤੇ ਜਦੋਂ ਮੈਨੂੰ ਪਤਾ ਲੱਗਿਆ ਗਿੱਲ ਸਾਹਿਬ ਹੈ ਇੱਕ ਦਿਨ ਸਾਡੇ ਜਿਹੜਾ ਮੋਹਾਲੀ ਮੇਰਾ ਘਰ ਹੈ ਉਹਦੇ ਸਾਹਮਣੇ ਸਰ ਆਏ ਸਰਦਾਰ ਜੀ ਮੈਂ ਜੀ ਹੋਰ ਕੀ ਹਾਲ ਹੈ ਕਹਿੰਦੇ ਚੰਗਾ ਕਿਹਾ ਅਸੀਂ ਵੀ ਗਿੱਲ ਹੈ ਮੈਂ ਕਿਹਾ ਮੈਂ ਡੀ ਸੀ ਨਾਲ ਗੱਲ ਕੀਤੀ ਉਹ ਵੀ ਗਿੱਲ ਹੈ ਉਹ ਕਹਿੰਦੇ ਉਹ ਮੇਰਾ ਲੜਕਾ ਕਮਾਲ ਹੋ ਗਈ ਜੀ ਐਨ ਬੂਟਾ ਬਿਠਾ ਸਰਦਾਰ ਨੂੰ ਜੀ ਐਨ ਸਰਦਾਰ ਸਾਹਿਬ ਆ ਕੱਲ੍ਹ ਹੀ 100 ਰੁਪਈਆ ਉੱਥੋਂ ਵਾਲੇ ਜਥੇਦਾਰ ਉਹ ਪੂਰਾ ਨਾਂ ਕਾਲੀ ਦਾ ਦੱਸ ਦੇ ਸੁਰਜੀਤ ਸਿੰਘ ਕਾਲੀ ਇਹ ਟਰੱਕ ਡਰਾਈਵਰ ਯੂਨੀਅਨ ਦਾ ਪ੍ਰਧਾਨ ਆ ਆਲ ਪੰਜਾਬ ਦਾ ਗਿੱਲ ਸਾਹਿਬ ਤਸ਼ਰੀਫ ਰੱਖ ਰਹੇ ਆ ਜੀ ਆਇਆਂ ਨੂੰ ਆਹ ਸੌਕੀ ਦਾ ਸੀਗਾ ਹਾਂ ਇਹ ਚਾਚੇ ਮੱਗਰ ਦਾ ਮੱਗਰ ਨਹੀਂ ਦੂਜੇ ਦਾ ਉਹਦਾ ਨਾਂ ਕੀ ਕਹਿੰਦੇ ਉਹ ਦੱਸਦਾ ਮੈਂ ਉਹ ਮੈਨੂੰ ਪੁਰਾਣਾ ਚੇਤੇ ਆ ਅਸਲੀ ਨਹੀਂ ਚੇਤੇ ਬਖਤੌਰ ਸਿਓ ਬੁਰਾ ਨਾ ਮਨਾਇਓ ਚਾਚਾ ਬਿੱਲਾ ਚੇਤੇ ਅਤੇ ਉਹ ਨਹੀਂ ਚੇਤੇ ਡੀ ਸੀ ਸਾਹਿਬ ਪੁਰਾਣੇ ਨਾਂ ਯਾਦ ਰੱਖੀ ਦੇ ਤੁਸੀਂ ਵੀ ਰੱਖਦੇ ਹੀ ਹੋਵੋਗੇ ਸਰਦਾਰ ਵੀ ਭਜਾਈਂਦੀ ਆ ਜੀ ਅਠਾਈ 100 ਰੁਪਈਆ ਬੇਟਾ ਉੱਤੇ ਆਇਓ ਭਾਈ ਭੈਣੇ ਉੱਤੇ ਆ ਜਾ ਇੱਧਰ ਦੀ ਤੁਹਾਨੂੰ ਖੁਸ਼ੀ ਹੋਊਗੀ ਬਾਬਾ ਸ਼ੇਰ ਸਿੰਘ ਕਿ ਪੁਰਾਣੇ ਕਵੀਸ਼ਰਾਂ ਨੂੰ ਜਾਣਦੇ ਹੈ ਕਰਤਾਰ ਸੋ ਬੱਧਣੀ ਅਤੇ ਤੋਤਾ ਸੋ ਬੱਧਣੀ ਕਵੀਸ਼ਰ ਹੁੰਦੇ ਸੀ ਤੋਤਾ ਸੋ ਬੱਧਣੀ ਅਤੇ ਕਰਤਾਰ ਸੋ ਬੱਧਣੀ ਆਹ ਮੇਰੀ ਭੈਣ ਸਰਦਾਰ ਤੋਤਾ ਸਿੰਘ ਦੀ ਪੁੱਤਰੀ ਹੈ ਬੱਧਣੀ ਵਾਲੇ ਕਵੀਸ਼ਰ ਦੀ ਅਤੇ ਇਹ ਇਹ 100 ਰੁਪਈਆ ਢਾਡੀਆਂ ਬਹਿ ਜਾ ਭੈਣ ਚਲੋ ਜੀ ਚਲੋ
ਦਿਓ ਸਤਸੰਗ ਜੀ। ਸਰਦਾਰ ਜੀ ਨੇ ਕਿਹਾ ਜੀ ਕਹਿੰਦੇ ਹੀਰ ਅਤੇ ਮਿਰਜ਼ਾ ਲਾ ਦਿਓ, ਮੈਂ ਉਹਨਾਂ ਦੇ ਕਹਿਣ ਨਾਲ ਹੀ ਉਹਨਾਂ ਦਾ ਹੁਕਮ ਵਜਾਇਆ। ਪਰ ਜੇ ਕੋਈ ਸ਼ਬਦ ਗਲਤ ਨਿਕਲ ਗਿਆ ਮਾਫ਼ੀ ਦੇ ਖਿਮੇ ਦੇ ਜਾਚਕਾਂ। ਅਤੇ ਸਾਨੂੰ ਇੱਕ ਗੱਲ ਜ਼ਰੂਰ ਕਹਿਣ ਯੋਗ ਹੈ, ਸਰਦਾਰ ਜੀ ਨੇ ਬਹੁਤ ਪਿਆਰ ਦਿੱਤਾ ਅਤੇ ਆਇਆਂ ਨੂੰ ਕਾਲਜ ਨਾਲ ਵੀ ਲਾਇਆ, ਪਰ ਕੁਲਵਿੰਦਰ ਸਾਹਿਬ ਨੇ ਕਰਾਈ ਮੁਲਾਕਾਤ। ਇੱਕ ਸਾਡੇ ਬਡੈਲ ਤੋਂ ਹੈ ਨੌਜਵਾਨ, ਉਹਨੇ ਕਾਫ਼ੀ ਮਿਹਨਤ ਕਰਕੇ ਤੁਹਾਡੇ ਦਰਸ਼ਨ ਕਰਾਏ ਨੇ, ਭਾਗਾਂ ਵਾਲੀ ਘੜੀ ਹੈ। ਮੈਨੂੰ ਗੁਰਮੇਲ ਪੰਧੇਰ ਕਹਿੰਦੇ ਨੇ, ਨਾਭੇ ਦੇ ਕੋਲ ਅਜਨੌਦਾ ਪਿੰਡ ਹੈ, ਨਾਭੇ ਦੇ ਕੋਲ ਅਜਨੌਦਾ ਪਿੰਡ ਹੈ ਜੀ। ਅਤੇ ਇਹ ਮੇਰੀ ਕਾਕਾ ਹੈ, ਆ ਜਿਹੜੇ ਮਗਰ ਟੋਰੇ ਛੱਡੀ ਫਿਰਦੇ ਨੇ ਇਹ ਵੀ ਮੇਰੀ ਪੋਤੇ ਨੇ, ਅਤੇ ਉਹ ਵੀ ਮੇਰੀ ਪੋਤੇ ਨੇ, ਆਪਣੇ ਹੀ ਪਰਿਵਾਰ ਹੈ। ਪਰ ਮੈਂ ਸਾਰੀ ਸੰਗਤ ਧੰਨਵਾਦ, ਬਾਕੀ ਇਹ ਪਰਿਵਾਰ ਦਾ, ਸਰਦਾਰ ਜੀਆਂ ਦਾ, ਸਾਰੀ ਸੰਗਤ ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਆ ਜਾਓ ਜੀ। 100 ਰੁਪਈਆ ਅਹਿਮਦਗੜ੍ਹ ਮੰਡੀ ਤੋਂ ਹੁਣੇ ਹੁਣੇ MC ਜਿੱਤੇ ਹੈ ਅਤੇ ਉਹ ਦੇ ਗਏ, ਇਹਨਾਂ ਨੂੰ ਮੈਂ ਦੇ ਤਾ। DC ਸਾਹਿਬ ਨੂੰ ਪੁੱਛ ਲਓ ਉਹਨਾਂ ਦੇ ਰਜੇਵੇਂ ਹੁੰਦੇ ਬੂਟਾ ਸਿੰਘ, ਜਦੋਂ ਜੇ ਬੈਠਣਗੇ ਤਾਂ ਸਾਨੂੰ ਮਾਣ ਹੈ ਜੀ ਸਦਕੇ, ਨਾਲੇ ਪੇਕੀ ਆ ਕੇ ਨਹੀਂ ਮੁੜੀਦਾ ਹੁੰਦਾ, ਕਿਉਂ ਜੀ ਗਿੱਲਾਂ ਦੇ ਪਿੰਡ ਆ ਕੇ ਹੁਣ ਭੱਜੋ ਨਾ। ਅਤੇ ਜੇ ਸਰਕਾਰਾਂ ਦੇ ਕੰਮ ਵੀ ਹੁੰਦੇ ਬਹੁਤ, ਜੇ ਜਾਣਾ ਹੋਵੇ ਤਾਂ ਸਾਨੂੰ ਦੱਸ ਦੇਣ, ਮੈਂ ਬਹੁਤਾ ਟਾਈਮ ਨਹੀਂ ਲੈਂਦਾ। ਜਿਹੜਾ ਨਵਾਂ ਜੱਥਾ ਆਇਆ, ਜਿਹੜੇ ਪ੍ਰੈਸ ਵਾਲੇ ਅਖਬਾਰ ਵਾਲੇ ਆਏ ਆ ਉਹ ਸਾਨੂੰ ਮਿਲ ਲਿਆ ਕਰਨ, ਉਹ ਮਿਲ ਲਿਆ ਕਰਨ, ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਆਏ ਹੈ। ਮੈਂ ਕੋਸ਼ਿਸ਼ ਕਰੂੰ ਵੀ ਵੱਧ ਗੱਲ ਨਾ ਹੋਵੇ ਨਵਾਂ ਜੱਥੇ ਨੂੰ। ਮੈਂ ਨਵੇਂ ਜੱਥੇ ਨੂੰ ਸਰਦਾਰ ਹਰਬੰਸ ਸਿੰਘ ਬਾਂਸੀ, ਇਹ ਕਿਹੜਾ ਆਪਾਂ ਰਾਵਾਂ ਖੇਲ ਵਾਲੇ ਲਿਆਂਦੇ ਸੀ ਉਹਨਾਂ ਨਾਲ ਦੇ ਆ, ਇਹ ਤਾਂ ਤੁਹਾਨੂੰ 500 ਮੇਰੇ ਵੱਲੋਂ ਸਵਾਗਤ ਹੈ। ਅਤੇ ਇੱਕ ਮਿੰਟ, ਇਹ 500 ਰੁਪਈਆ ਤੁਸੀਂ ਸਰਪੰਚ ਸਾਹਿਬ ਮਹਿਰੂ ਵਾਲੇ, ਤੁਸੀਂ ਮੈਨੂੰ 2000 ਫੜਾ ਗਏ ਸੀ, 500 ਪਹਿਲਾਂ ਨੂੰ ਦੇਤਾ, 500 ਆ ਇਹਨਾਂ ਨੂੰ ਦੇਤਾ, ਆ 1000 ਰੁਪਇਆ ਤੁਹਾਡਾ, ਹਿਸਾਬ ਕਿਤਾਬ ਦੇਖ ਲਿਓ, ਇਹ ਮੇਰੇ ਵੱਲੋਂ ਤੁਹਾਨੂੰ, ਆ ਸਾਰਾ ਹਿਸਾਬ ਦੇਖੀ ਜਾਇਓ। ਅੱਛਾ ਹੁਣ ਨਹੀਂ ਮੁੜ ਕੇ ਭਾਈ ਅਗਲੇ ਜਨਮ 'ਚ ਖਨੀ ਕਿੰਨੇ ਮੰਗੋਗੇ, ਅਤੇ ਆਹ ਤੁਹਾਨੂੰ 7000 ਰੁਪਈਆ ਸਾਡੇ ਵੱਲੋਂ ਪਹਿਲਾਂ ਹੀ। ਬੂਟਾ ਸੇ ਆਇਓ, ਅੰਗਰੇਜ਼ ਆ ਜਾ ਬਈ। ਅੱਛਾ ਨਹੀਂ, DC ਸਾਹਿਬ ਤਾਂ ਵੱਡੇ ਆਦਮੀ ਹੈ, ਆ ਜਾਓ ਆ ਜਾਓ ਫਿਰ। ਮੈਂ ਤਾਂ ਕਹਿੰਦਾ DC ਪੂਰੇ ਗਿੱਲ ਆ ਆਪਣੇ ਵਾਂਗੂ ਸੁਣਨਾ ਚਾਹੁੰਦੇ। ਆਓ ਗਿੱਲ ਸਾਹਿਬ, ਇਹਨਾਂ ਤੋਂ ਦੋਨੇ ਇੱਧਰ ਆਓ ਜੀ, ਆਓ ਲੈ ਬਈ ਫੋਟੋ ਵਾਲਿਆ ਨਾਲ ਹੋ ਜੀ, ਮੇਰੇ ਵੱਲੋਂ ਵੀ ਯੋਗਦਾਨ ਪਾ ਦਿਓ। ਚਲ ਕੋਈ ਨਹੀਂ ਜੀ, ਨਹੀਂ ਹੱਥ ਪਾ ਲਓ ਮਾੜੇ ਜੀ, ਭਾਈ ਸੇ ਪਾ ਲਓ ਜੀ, ਹੱਥ ਪਾਇਓ ਜੀ, ਹੱਥ ਲਾਇਓ, ਅੱਠ ਹੱਥ ਲਾ, ਹੱਥ ਲਾ ਦਿਓ, ਇਹਨੂੰ ਹੱਥ ਲਾ ਦਿਓ। ਆ ਲੈ ਆ ਵੀ ਆਪਦੇ ਫੜ ਇਹਨਾਂ ਵੱਲੋਂ। DC ਸਾਹਿਬ 500 ਰੁਪਇਆ ਦੇ ਗਏ ਇਹਨਾਂ ਨੂੰ, ਅਤੇ DC ਸਾਹਿਬ ਨੇ ਗਰਾਂਟਾਂ ਤਾਂ ਬਹੁਤ ਦਿੱਤੀਆਂ ਪਰ ਢਾਡੀਆਂ ਨੂੰ ਨਾਮ ਅੱਜ ਦਿੱਤਾ। ਸਤਿ ਸ਼੍ਰੀ ਅਕਾਲ। ਹਾਂਜੀ, ਆ ਇੱਕ ਗੱਡੀਆਂ ਜੀ ਦੇ ਇੱਕ ਦੋ ਜਿਹੜੀਆਂ ਤੰਗ ਕਰਦੀਆਂ ਨੇ ਲੋਕਾਂ ਨੂੰ, ਗੱਡੀਆਂ ਤਾਂ ਉਦਾਂ ਸਾਰਿਆਂ ਨੂੰ ਤੰਗ ਕਰਦੀਆਂ ਜਦੋਂ ਖਰਾਬ ਹੋਣ ਲੱਗ ਪੈਣ, ਪਰ PB09 17B ਇਹ ਆਲਟੋ ਆ, ਉਹ ਵੀ ਪਹੁੰਚੇ ਨੇ, ਇੱਕ ਵਾਰ ਉਹਨਾਂ ਦੇ ਨਾਂ 'ਤੇ ਜ਼ੋਰਦਾਰ ਤਾੜੀਆਂ ਹੋ ਜਾਣ। ਬਲਦੇਵ ਸਿੰਘ ਜੀ ਅਤੇ ਪੱਤਰਕਾਰ ਇਕਬਾਲ, ਕਲਿਆਣ ਜਗਬਾਣੀ, ਸਭਾਜੀਤ ਪੱਪੂ ਪਹਿਰੇਦਾਰ, ਸਪੋਕਸਮੈਨ ਜੋਗਿੰਦਰ ਸਿੰਘ ਫਾਸਟਬੋ, ਔਰ ਇਹ ਸਾਰੇ ਪੱਤਰਕਾਰ ਪਹੁੰਚੇ ਆ। ਪੱਤਰਕਾਰਾਂ ਨੂੰ ਅਸੀਂ ਨਿੱਘਾ ਸਵਾਗਤ ਦਿੰਦੇ ਹਾਂ, ਕਿਉਂਕਿ ਕਈ ਵਾਰ ਇੱਦਾਂ ਜੇ ਪੱਤਰਕਾਰਾਂ ਦਾ ਨਾਂ ਨਾ ਲਈਏ ਕਈ ਵਾਰ ਫੋਟੋ ਪੁੱਠੀ ਲਾ ਦਿੰਦੇ ਹੁੰਦੇ ਆ, ਇਸ ਕਰਕੇ ਇਹਨਾਂ ਦਾ ਜ਼ਰੂਰੀ ਆ ਜ਼ੋਰਦਾਰ ਤਾੜੀਆਂ ਪੱਤਰਕਾਰਾਂ ਲਈ ਹੋ ਜਾਣ, ਤਾਂ ਕਿ ਮੇਲੇ ਦੀ ਬੱਲੇ ਬੱਲੇ ਹੋ ਜਾਵੇ। ਔਰ ਇਹ ਜਿਹੜਾ ਜੱਥਾ ਹੁਣ ਤੁਹਾਡੇ ਸਾਹਮਣੇ ਨਵੇਂ ਟਾਈਪ ਦਾ, ਤੁਸੀਂ ਜਿੱਦਾਂ ਕਹਿੰਦੇ ਹੁੰਦੇ ਆ, ਹਾਂਜੀ ਬਲਦੇਵ ਸਿੰਘ ਸੜਕਨਾਮਾ ਜਿਹੜੇ ਰਾਈਟਰ ਨੇ ਨਾਵਲਕਾਰ, ਉਹ ਰਾਮੂਵਾਲਾ ਸਾਹਿਬ ਨੂੰ ਮਿਲਣ ਜ਼ਰੂਰ, ਜਿੱਥੇ ਵੀ ਬੈਠੇ ਨੇ ਉਹਨਾਂ ਦੇ ਨਾਂ 'ਤੇ ਫਿਰ ਇੱਕ ਵਾਰ ਜ਼ੋਰਦਾਰ ਤਾੜੀਆਂ ਹੋ ਜਾਣ ਬਲਦੇਵ ਸਿੰਘ ਉਹਨਾਂ ਦੇ ਨਾਂ 'ਤੇ। ਔਰ ਇਹ ਜਿਹੜਾ ਜੱਥਾ ਹੁਣ ਪੁਰਾਣਾ ਰਾਗ ਜਿਹੜਾ ਤੂੰਬੇ ਵਾਲਾ, ਅਲਗੋਜ਼ੇ ਅਤੇ ਤੂੰਬੇ 'ਤੇ, ਕਿਉਂਕਿ ਐਤਕੀ ਇਹ ਤੈਅ ਕੀਤਾ ਗਿਆ ਸੀ ਕਿ ਐਤਕੀ ਇਹੀ ਰਾਗ ਰੱਖਣਾ,
ਖਾੜੇ ਦੀ ਤਰ੍ਹਾਂ ਲਾਈਏ, ਪਰ ਲੇਕਿਨ ਜਿਹੜੀ ਯੰਗ ਜਨਰੇਸ਼ਨ ਆ ਉਹ ਕਹਿੰਦੇ ਜੀ ਤੁਸੀਂ ਆਪਣਾ ਸ਼ੌਕ ਭਾਵੇਂ ਪੂਰਾ ਕਰੀ ਜਾਓ, ਪਰ ਸਾਡੇ ਲਈ ਨਛੱਤਰ ਗਿੱਲ ਹੋਣਾ ਨੂੰ ਅਤੇ ਹਰਮਨ ਹੋਣਾ ਨੂੰ ਵੀ ਸੱਦ ਦਿਓ। ਸੋ ਇਹ ਦੋਨਾਂ ਚੀਜ਼ਾਂ ਦਾ ਸੁਮੇਲ, ਪੁਰਾਣਾ ਰਾਗ ਜਿਵੇਂ ਰਾਮੂਵਾਲਾ ਸਾਹਿਬ ਕਹਿੰਦੇ ਸੀ ਹਲ ਪਜਾਲੀਆਂ, ਅਤੇ ਜਿਹੜੇ ਟਰੈਕਟਰ ਪਿੱਛੇ ਆ ਰਹੇ ਆ ਅੱਜ ਦਾ ਸਮਾਂ, ਅਤੇ ਤੁਹਾਡੇ ਸਾਹਮਣੇ ਹਰਵੰਸ ਸਿੰਘ ਬਾਂਸੀ, ਇੱਕ ਵਾਰ ਜ਼ੋਰਦਾਰ ਤਾੜੀਆਂ ਇਹਨਾਂ ਦੇ ਲਈ। ਥੈਂਕ ਯੂ ਜੀ। ਅੱਜ ਆਪਾਂ ਸਾਰੇ ਸਰਦਾਰ ਕਰਨੈਲ ਸਿੰਘ ਕਵੀਸ਼ਰ ਜੀ ਨੂੰ ਪਾਰਸ ਕਹਿੰਦੇ ਸੀ, ਇਹਦੀ ਯਾਦ ਦੇ ਵਿੱਚ ਸਾਰੇ ਆਪਾਂ ਅੱਜ ਇਕੱਤਰ ਹੋਏ ਹਾਂ। ਮਸਲਾ ਇੰਨਾ ਹੈਗਾ, ਜਾਣੇ ਮੇਲੇ ਬੀਬੀਆਂ ਪੰਜ ਸੱਤ ਧੀਆਂ ਖੜੀਆਂ, ਜੇ ਕਿਤੇ ਕੁਰਸੀਆਂ ਦੇ ਦਿਓ ਤੇ ਸਮਝ ਲਓ ਮੋਹਰਾਂ ਹੀ ਦੇ ਦਿੱਤੀਆਂ ਕਰਿਓ ਕਰਿਓ ਭਾਈ ਸਾਹਿਬ ਛੱਡਿਓ ਬੰਦਿਆਂ ਨੂੰ, ਮੈਂ ਕਹਿੰਦਾ ਬੰਦਿਆਂ ਨੂੰ। ਹਾਂਜੀ, ਅੱਜ ਆਪਾਂ ਸਾਰੇ ਜਾਣੇ ਉਹਨਾਂ ਦੀ ਯਾਦ ਦੇ ਵਿੱਚ ਇਕੱਠੇ ਹੋਏ ਹਾਂ। ਇਹ ਜਿਹੜੇ ਕਵੀਸ਼ਰ ਸੀਗੇ ਚੰਦ ਸਿੰਘ ਜੰਡੀ, ਰਣਜੀਤ ਸਿੰਘ ਸਿੱਧਵਾਂ, ਕਰਨੈਲ ਸਿੰਘ ਰਾਮੂਵਾਲਾ ਪਾਸ, ਇਹ ਤਿੰਨਾਂ ਜਾਣਿਆਂ ਨੇ ਬੜੀਆਂ ਪੰਜਾਬ ਦੇ ਵਿੱਚ ਧੁੰਮਾਂ ਪਾਈਆਂ। ਉਹਨਾਂ ਦਿਨਾਂ ਦੇ ਵਿੱਚ ਮੈਂ ਵੀ ਕਵਿਸ਼ਰੀ ਕਰਦਾ ਹੁੰਦਾ ਸੀ, ਮੈਂ ਤਖਤੂਪੁਰੇ ਵਾਲੇ ਸ਼ੇਰ ਸਿਉਂ ਦਾ ਸ਼ਾਗਿਰਦ ਸੀ। ਅਸੀਂ ਪੰਜੇ ਸੱਤੇ ਜਾਣੇ ਇਕੱਠੇ ਹੋ ਕੇ ਆ ਕੌਂਕਿਆਂ ਦਾ ਮੇਲਾ ਹੋਰ ਉਰੇ ਪਰੇ ਸਾਰੇ ਕਵਿਸ਼ਰਾਂ ਦੇ ਨਾਲ ਕਤਰ ਹੁੰਦੇ ਰਹੇ ਹਾਂ। ਅੱਜ ਸਰਦਾਰ ਬਲਦੇਵ ਸਿੰਘ ਸੜਕਨਾਮਾ ਨੂੰ ਡੀਸੀ ਸਾਹਿਬ ਆਇਓ ਦੋ ਮਿੰਟ, ਉਹਨਾਂ ਦਾ ਸਰੂਪਾ ਦੇ ਦਈਏ। ਡੀਸੀ ਸਾਹਿਬ ਨੂੰ ਮੈਂ ਹੱਥ ਬੰਨ ਕੇ ਬੇਨਤੀ ਕਰਦਾ, ਕੋਈ ਨਹੀਂ, ਇਹ ਬਹੁਤ ਵੱਡੇ ਲਿਖਾਰੀ ਹੈ, ਬਾਪੂ ਜੀ ਨੂੰ ਮਿਲਣ ਵੀ ਆਏ ਸੀ, ਇੱਥੇ ਹੀ ਕਰ ਦੇਣਾ। ਸਰਦਾਰ ਬਲਦੇਵ ਸਿੰਘ ਸੜਕਨਾਮਾ ਨੂੰ ਮਾਣ ਦੇ ਰਹੇ ਹੈ। ਜਕਾਰਾ ਛੱਡੋ ਬੋਲੇ ਸੋ ਨਿਹਾਲ, ਕਿਤਾਬ ਕਿਤਾਬ ਆਪਣਾ ਇੱਕ ਮੇਰੀ ਤਜਵੀਜ਼ ਦਾ ਵੀ ਇੱਕ ਇੱਕ ਕਿਤਾਬ ਜਿਹੜੇ ਪਹਿਲਾਂ ਗਾ ਗਏ ਆ ਜੱਥਿਆਂ ਨੂੰ ਵੀ ਦੇ ਦਿਓ। ਚੰਗਾ ਜੀ, ਹਾਂਜੀ, ਇਹਨਾਂ ਨੇ ਪੰਜਾਬ ਦੇ ਵਿੱਚ ਕਰਨੈਲ ਸਿੰਘ ਪਾਰਸ ਨੇ, ਰਣਜੀਤ ਸਿੰਘ ਸਿੱਧਵਾਂ, ਚੰਦ ਸਿੰਘ ਜੰਡੀ, ਇਹਨਾਂ ਨੇ ਪੰਜਾਬ ਦੇ ਵਿੱਚ ਧੁੰਮਾਂ ਪਾਈਆਂ। ਉਹਨਾਂ ਦਿਨਾਂ ਦੇ ਵਿੱਚ ਅਸੀਂ ਵੀ ਉੱਠਦੇ ਉੱਠਦੇ ਸੀ, ਪਹਿਲਾਂ ਮੈਂ ਕਵੀਸ਼ਰ ਹੁੰਦਾ ਸੀ, ਤਖਤੂਪੁਰੇ ਵਾਲੇ ਸ਼ੇਰ ਸਿੰਘ ਸੰਦਲ ਦਾ ਸ਼ਾਗਿਰਦ ਹਾਂ ਮੈਂ, ਅਸੀਂ ਵੀ ਕਵੀਸ਼ਰੀ ਕਰਦੇ ਹੁੰਦੇ ਸੀ। ਬਾਅਦ ਦੇ ਵਿੱਚ ਅਸੀਂ ਤਖਤੂਪੁਰੇ ਮੇਲਾ ਦੇਖਣ ਗਏ, ਉੱਥੇ ਤੂੰਬਾ ਵੱਜਦਾ ਦੇਖਿਆ। ਜਦ ਤੂੰਬਾ ਵੱਜਦਾ ਦੇਖਿਆ, ਮੇਰੇ ਨਾਲ ਜਿਹੜਾ ਮੁੰਡਾ ਗਾਉਂਦਾ ਹੁੰਦਾ ਮੈਨੂੰ ਕਹਿੰਦਾ ਵੀ ਪਿੰਡ ਨੂੰ ਚੱਲੀਏ, ਮੈਂ ਕਿਹਾ ਹੁਣ ਮੈਂ ਨਹੀਂ ਜਾਣਾ, ਹੁਣ ਮੈਂ ਜਾਊਂਗਾ ਦੁਆਬੇ ਨੂੰ। ਉੱਥੋਂ ਮੈਨੂੰ ਲੱਗਿਆ ਤੂੰਬੇ ਦਾ ਇਸ਼ਕ। ਸਾਰੇ ਬੰਦੇ ਜਿੰਨੇ ਵੀ ਹੈ, ਰੱਬ ਦਾ ਨਾਂ ਸੁਬਾ ਲੈਣਾ ਚਾਹੀਦਾ, ਜਿਹਦੀ ਰਹਿਮਤ ਦਾ ਸਦਕਾ ਦੋ ਵੇਲੇ ਭੋਜਨ 36 ਪ੍ਰਕਾਰ ਦੇ ਖਾ ਰਿਹਾ ਹੋਏ, ਸੋਹਣੇ ਜਿਹੇ ਸਰੀਰ ਸਫੀਲ ਉੱਤੇ ਭਾਂਤ ਭਾਂਤ ਦੇ ਅਤਰ ਲਗਾ ਰਿਹਾ ਹੋਏ,
जिदे बाशे हुए स्त्री धिया पुत्र सोना गृहस्थ में जीव बता रहा हुए जिदी दिती हुई दौलत ना बैंक भर के आलीशान मकान पवा रहा हुए बंस कौमला चौबिया घंटिया अंदर चौबी मिनट तो रब त्या लिया कर ओ चौबी नहीं तो बारह चो छे ही सही दो तीन मिनट तो जीव हला लिया कर सरेक आदमी नू सुबह एक दस मिनट पांच मिनट चार मिनट रब का ना लेना चाहिए दो तीन मिनट दे नाल कोई आदमी थकदा नहीं मेहरबान हुण सानू हुक्म होया संगत का भई पूर्ण सुनायो जिस वेले जाके राजे सलमान नू पंडित ने दसिया की दसिया कह लगा जी थोड़ा पुत्र बाग दे विच आया होया बस इन्नी गल कहण दी देर सी बारह साल का मरिया पुत याद आ गया बारह साल का बर्म राजे दे कालजे दे विच हरा हो गया गल पंडित दी सुन के राजा रोणो नहीं करता बस नेत्र भर के रो पिया दोनों मार दा पट्टा ते हाथ पंडता गल्लां करदा झूठियां तेरी गल दा मैनू नहीं आउंदा पक मैं तां हत्थी बच्चे नू तोरिया पुत दे डौले नू रस्से घत मनशा राम वजीर सी मैनू रहा बथेरा डक मेरा पुत्र बेतकसीर सी ए लूणा पाप दा मट लूणा पापन डैण ने मैनू गलियां दे चगा ते कख तरस ना कीता जालमा पुत दी देह ते मारे फट पंड पूरे दी बन के खूह विच आ गए सट ऐसा केड़ा मिल पिया भैया करनी दा समर्थ किने बिचो खूह दे कढ के साबत कर ले पैर ते हाथ जे मिल जा पुत बसुनिया मैं तां तैनू गंगा मानस तू लख हुण तां हां मार मार के जवाब करदा भला भई केड़े जवाब करके दसदा पंडित दी सड़कियो फे गलिया पंडित दी सड़कियो रोनो नी कर दसने तिरी भर के रू पिया राजा ने तारा पार किया रूह पिया गयो मार दा पटा दिए हाथ बन गए गल्लां ए करदा झूठियां गयो कहना गल्लां ए करदा झूठियां तेरा मैनू नी आउंदा सच मैं तां हत्थी बच्चे नू तोरियां गयो कहना हाथी मैं बच्चे नू तोरिया डौलिया नू मुश्का करता ते मन चाहे राम वजीर सिंह ओ मन साराम वजीर सिंह रिहा बसेरा डाक पुत्र कसीर सिंह ओ पुत्र बेद गजीरा सिंह लूणा पाप दा मट लूणा पापन डैणा लिंग ओ लूणा पापन डैणा लिंग गए गलियां दे जंगाल कख तरसी ना कीता जाल मांग गए ओ दर्शन कीता जाल मांग गए मारे फट गए पंड पूरे दी बन की पंड पूरे दी बन की खूब च आ गए सट गए ऐसा कीड़ा मैं पिया गए ओ ऐसा कीड़ा मैं पिया जे करनिया दा समर्थ गए बिचों खूह दियो कड की ਚਾ ਖੂਦੀਆਂ ਕੱਢ ਕੀ ਗਏ ਸਭ ਤੋਂ ਪੈਰ ਤੇ ਹੱਥ ਗਏ ਮਿਲ ਜਾਏ ਪੁੱਤ ਬਸੁਨੀਆਂ ਗਏ ਜੇ ਮਿਲ ਜਾਏ ਪੁੱਤ ਬਸੁਨੀਆਂ ਮੈਂ ਗੰਗਾ ਮਸ ਤੋਂ ਲੱਖ ਗਏ ਯੱਗਿਓ ਪੂਰਨ ਬੋਲੀਆਂ ਗਏ ਗੱਲ ਪਾ
ਅਗਿਓ ਪੂਰਨ ਬੋਲੀਆਂ ਗੰਗਾ ਤੇਰੇ ਕੋਲੇ ਕਾਦਾ ਲੋਕਾਂ ਗੰਗਾ ਜਿੱਦਣ ਪੂਰਨ ਮਾਰ ਗਿਆਂ ਗੰਗਾ ਉਹ ਜਿੱਦਣ ਜਿੱਦਣ ਪੂਰਨ ਮਾਰ ਗਿਆਂ ਗੰਗਾ ਸਾਰਾ ਬਾਗ ਗਿਆ ਸੀ ਸੋਕਾਂ ਗੰਗਾ ਉਹ ਜਿਹੜਾ ਗੌਸ ਤਲਾ ਸੀ ਗੰਗਾ ਜਿਹੜਾ ਗੌਸ ਤਲਾ ਸੀ ਪਾਣੀ ਨਾ ਰਹਿ ਗਿਆ ਟੰਗ ਮਾਰਾ ਵਿੱਚ ਗਲੀਆਂ ਦੇ ਰੋਂਦੀਆਂ ਉਹ ਵਿੱਚ ਗਲੀਆਂ ਦੇ ਰੋਂਦੀਆਂ ਫਿਰ ਮਰ ਕੇ ਜਿਨ੍ਹਾਂ ਦੇ ਪਤੰਗ ਚੱਕਰਾਂ ਮੈਲਾਂ ਨਾ ਲਾਉਂਦੀਆਂ ਕਹਿੰਦਾ ਤਕਰਾਂ ਮਹਿਲਾਂ ਨਾ ਲਾਉਂਦੀਆਂ ਸਿਰ ਪਾਉਣ ਸੋਹਾ ਦੀ ਪੱਕਾਂ ਫਿਰ ਬਾਗੀਆਂ ਉਤਰੀਆਂ ਨਾ ਸਦੀ ਬਾਗੀਆਂ ਉਤਰੇ ਨਾ ਸਦੀ ਸ਼ਹਿਰ ਚ ਬਹਿ ਗਈ ਹੁੱਕ ਬਾਗ ਕੀਤਾ ਹਰੀਆਂ ਬਲਾਂ ਉਹ ਬਾਗ ਕੀਤਾ ਹਰੀਆਂ ਬਲਾਂ ਦੁਖੀਆਂ ਦੇ ਹਟਾ ਸਦਕੇ ਨਜੂ ਮੀ ਆਪਾਂ ਉਹ ਸਦਕੇ ਨਜੂ ਮੀ ਆਪਾਂ ਕੋਲ ਲੰਮੀ ਖਾਂ ਪੁੱਛਾਂ ਸਦਕੇ ਨਜੂ ਮੀ ਆਪਾਂ ਜਿਸ ਵੇਲੇ ਜਾ ਕੇ ਪੰਡਿਤ ਨੇ ਦੱਸਿਆ ਕਹਿੰਦਾ ਜੀ ਤੁਹਾਡਾ ਪੁੱਤਰ ਬਾਗ ਦੇ ਵਿੱਚ ਆਇਆ ਬਾਰਾਂ ਸਾਲਾਂ ਦਾ ਮਰਿਆ ਪੁੱਤ ਯਾਦ ਆ ਗਿਆ ਬਾਰਾਂ ਸਾਲਾਂ ਦਾ ਬਰਮ ਰਾਜੇ ਦੇ ਕਾਲਜੇ ਦੇ ਵਿੱਚ ਹਰਾ ਹੋ ਗਿਆ ਪੰਡਤਾ ਮੇਰਾ ਪੈਸੇ ਪੁੱਛੀ ਸਿਆਣੀ ਦਾ ਨਹੀਂ ਪੈਸੇ ਬਹੁਤ ਜ਼ਿਆਦਾ ਵੀ ਨਹੀਂ ਪਰ ਆ ਰਹੇ ਆ ਇਹਨਾਂ ਦਾ ਮਾਣ ਮੈਂ ਧੰਨਵਾਦੀ ਹਾਂ ਮੈਨੂੰ ਗਿਣ ਲੈਣ ਤੋਂ ਮਾੜਾ ਜਾ ਕੇ ਇੱਕ ਪਾਸੋਂ ਲੱਗ ਕੇ ਇੱਕ ਤਾਂ ਭਾਬੀ ਜੀ ਜੋਗਿੰਦਰ ਕੌਰ ਸਾਡੇ ਇਸ ਉਮਰ 'ਚ ਭਾਬੀ ਜੀ ਕਹਿੰਦੇ ਬੁਰਾ ਲੱਗਦਾ ਪਰ ਕੀ ਕਰੀਏ ਸਕੀਰੀ ਹੈ ਹਰਚਰਨ ਸਿੰਘ ਦੇ ਪਰਿਵਾਰ ਅਤੇ ਮਾਨਯੋਗ ਮੈਨੂੰ ਲਕਸ਼ਮਣ ਦਾ ਤਾਂ ਪਤਾ ਨਹੀਂ ਉਹ ਸੀਤਾ ਨੂੰ ਮਾਂ ਕਹਿੰਦਾ ਸੀ ਕਿ ਨਹੀਂ ਪਰ ਸਾਡੇ ਭਾਬੀ ਜੀ ਮਾਂ ਹੈ ਭਾਬੀ ਜੋਗਿੰਦਰ ਕੌਰ ਬੇਬੇ ਦੇ ਨਾਂ 'ਤੇ ਸਟੇਡੀਅਮ ਹੈ 20 ਲੱਖ ਰੁਪਈਆ ਬਾਦਲ ਸਾਹਿਬ ਨੇ ਭੇਜਿਆ ਸੀ ਮਾਤਾ ਦਲਜੀਤ ਕੌਰ ਗਿੱਲ ਰਾਮੂਵਾਲੀਆ ਸਟੇਡੀਅਮ ਇੱਥੇ ਤੁਸੀਂ ਚਰਨ ਪਾਈ ਧੰਨਵਾਦ ਮੂਮਾ ਤੋਂ 100 ਰੁਪਈਆ ਉਹ ਕਹਿੰਦਾ ਗੁਪਤੀ ਦੇ ਦਿਓ ਐਵੇਂ ਰਣਧੀਰ ਗਿੱਲ ਅਤੇ ਸ਼ਮਿੰਦਰ ਸਿੰਘ ਸਾਊਥ ਹਾਲ ਇਹ ਅਮਰੀਕਾ 'ਚੋਂ ਕੁਰਸੀਆਂ ਹੋਰ ਆ ਗਈਆਂ ਬਚ ਗਿਆ ਕੰਮ ਸ਼ਮਿੰਦਰ ਸਿੰਘ ਧਾਲੀਵਾਲ UK ਉਹ 500 ਰੁਪਈਆ ਦੇ ਗਏ ਜੱਥੇ ਨੂੰ ਇੱਕ ਇੰਦਰਜੀਤ ਸਿੰਘ ਢਾਡੀ ਕਿੱਥੇ ਖੜ੍ਹੇ ਹੋਏ ਹੋ ਉਹ ਲੱਗਦੇ ਆਏ ਆ ਜਿਵੇਂ ਪ੍ਰਿੰਸੀਪਲ ਹੁੰਦੇ ਹੈਗੇ ਢਾਡੀ ਅਤੇ ਇਹਨਾਂ ਦਾ ਵੀ ਧੰਨਵਾਦ ਇੱਕ 500 ਰੁਪਈਆ ਰਾਊਕਿਆਂ ਵਾਲੇ ਰਣ ਗਹਿ ਗਹਿਲਾਂ ਵਾਲੇ ਰਣਧੀਰ ਜੀ ਕਿੱਥੇ ਬੈਠੇ ਆ ਜੀ ਰਣਧੀਰ ਸੋ ਗਹਿਲ ਸਾਡੇ ਪੁਰਾਣੇ ਮਿੱਤਰ ਹੈ ਇਹ 500 ਦੇ ਗਏ ਅਤੇ ਇਹ ਤੋਂ 400 ਕੱਢ ਲਾ 100-100 ਹਰੇਕ ਨੂੰ ਦੇਈ ਜਾਣਾ ਇਹ ਜਥੇਦਾਰ ਦਰਬਾਰਾ ਸਿੰਘ ਦੇ ਪੁੱਤਰ ਹੈ 300 ਅਤੇ ਇੱਕ 400 ਹੁਣ ਬਾਕੀ ਤਾਂ ਮੈਂ ਇਹਨਾਂ ਨੂੰ ਫੜਾਉਣ ਲੱਗਿਆ ਇਹ ਇੱਕ ਮਿੰਟ ਚਾਚਾ ਉਹ ਚਾਚਾ ਤੇਰਾ ਨਾਂ ਯਾਰ ਨੰਦਾ ਹੀ ਚੇਤੇ ਉਹ ਅਸਲੀ ਦੱਸ ਦੇ ਅੱਛਾ ਠੀਕ ਹੈ 1 ਰੁਪਈਆ ਗਿੱਲ ਦਾ 1 ਗਿੱਲ ਦਾ 3-4 ਰਿਕਿਆ ਬਾਬਾ ਨੱਥੀ ਕਹਿੰਦਾ ਉਹ ਦੂਜਾ ਪਿੰਡ ਕੰਜਰ ਦੇ ਨਾਈਆਂ ਦਾ ਸਾਰੇ ਗਿੱਲ ਹੀ ਹੈ ਅੱਛਾ ਕਿਹਦੇ ਵੱਲੋਂ ਆ ਹਾਂ ਹਾਂ ਹਾਕਮ ਸਿੰਘ ਰਾਜੇ ਦਾ ਲੜਕਾ ਆ ਗਿਆ ਨੈਬ 100 ਰੁਪਈਆ ਅਤੇ ਇਹ 100 ਰੁਪਈਆ ਇਹਦਾ ਮੁੰਡਾ ਮੈਂ ਭਰਤੀ ਕਰਾਇਆ ਸੀ ਨਾ ਭੁੱਲ ਗਿਆ ਨਾਰੂ ਨਾਰ ਸਿਉਂ ਇਹ 100 ਰੁਪਈਆ ਇਹ 500 ਕਿਹਦਾ ਸੀ ਪਹਿਲਾਂ ਭਾਈ ਉਹ ਕਾਕਾ 500 ਸੀ ਮੈਂ ਥੋੜ੍ਹਾ ਟਾਈਮ ਨਹੀਂ ਲੈਣਾ ਟਾਈਮ ਨਹੀਂ ਲਾਉਂਦੇ ਤੇ ਕਵਿਤਾ ਲਾ ਦਿਓ ਇਹਨੂੰ ਬਹੁਤ ਧੰਨਵਾਦ ਸਿੱਧਵਾਂ ਸਾਹਿਬ ਵਿਦਵਾਨ ਵੀ ਹੈ ਜਕਾਰਾ ਛੱਡੀਏ ਬੋਲੇ ਸੋ ਨਿਹਾਲ ਅਤੇ ਹਰਦੇਵ ਸਿੰਘ ਸੇਵਕ ਚੀਫ ਸੁਪਰਵਾਈਜ਼ਰ ਟੈਲੀਫੋਨ ਬਠਿੰਡਾ ਉਹ ਵੀ 100 ਰੁਪਈਆ ਦੇ ਗਿਆ ਸੀ
ਤੇ 500 ਰੁਪਈਆ ਸਤਿੰਦਰ ਪਾਲ ਨੇ ਇਹਨਾਂ ਨੂੰ ਦੇਤਾ। ਵਾਹ ਜੀ, ਸ਼ੇਰ ਸਿੰਘ ਬਰਾੜ, ਪੱਤੋ ਹੀਰਾ ਸਿੰਘ, ਇਕੱਲਾ ਪੱਤੋ ਹੀਰਾ ਸਿੰਘ ਹੀ ਬੜਾ ਬਰਾੜ ਤਾਂ ਆਪੇ ਹੀ ਹੈ ਪੱਤੋ ਵਾਲੇ। ਹਲੋ ਜੀ, ਚਲੋ ਹੁਣ ਸ਼ੁਰੂ ਕਰੋ ਜੀ ਕਵਿਤਾ। ਚੰਗਾ ਜੀ, ਮਿਹਰਬਾਨ।